ਗੁਰੂ ਰੂਪ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਥੇ ਖੜਾ ਹੋਇਆ ਹਾਂ ਇਸ ਵੇਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਕੈਨੇਡਾ ਦੇ ਵਿੱਚ, ਤੇ ਇਸ ਜਗ੍ਹਾ ਤੇ 22 ਜੁਲਾਈ 2024 ਤੋਂ ਲੈ ਕੇ 4 ਅਗਸਤ 2024 ਤੱਕ ਚੱਲ ਰਿਹਾ ਹੈ ਗੁਰਮਤਿ ਕੈਂਪ। ਉਸ ਕੈਂਪ ਦੇ ਵਿੱਚ ਹੀ ਜਿਹੜਾ ਉਹ ਗੁਰਮਤਿ ਦੀਆਂ ਕਲਾਸਾਂ ਲੈਣ ਦੀ ਅਤੇ ਨਾਲ ਦੀ ਨਾਲ ਹੀ ਜਿਹੜਾ ਵਾ ਕਥਾ ਦੀ ਸੇਵਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਰਹੇ ਹਾਂ। ਤੇ ਅੱਜ ਇੱਥੇ ਬੱਚਿਆਂ ਦਾ ਫਨ ਡੇ ਹੈ, ਆਓ ਆਪ ਜੀ ਨੂੰ ਦਿਖਾਉਣੇ ਆ ਫਨ ਡੇ, ਤੇ ਨਾਲ ਦੀ ਨਾਲ ਅਸੀਂ ਕਰਾਂਗੇ ਬੱਚਿਆਂ ਦੇ ਨਾਲ ਕੁਛ ਵਿਚਾਰਾਂ ਵੀ, ਤੇ ਆਓ ਤੁਹਾਨੂੰ ਵਿਖਾਉਣੇ ਆ ਇੱਥੋਂ ਦਾ ਫਨ ਡੇ। ਦੇਖੋ ਤੁਸੀਂ ਗੁਰਵੇਲ ਸਿੰਘ ਦੇ ਨਾਲ ਸਭ ਤੋਂ ਪਹਿਲੇ ਤੇ ਫਨ ਡੇ ਦੇ ਵਿੱਚ ਬੱਚੇ ਆ ਜਿਹੜੇ ਕਿਸ ਤਰ੍ਹਾਂ ਇੰਜੋਏ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਸਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਜੀ। ਤੇ ਸਾਰੇ ਹੀ ਬੱਚੇ ਇੰਜੋਏ ਕਰ ਰਹੇ ਆ ਇਸ ਫਨ ਡੇ ਦੇ ਵਿੱਚ। ਤੇ ਚਲੋ ਸਭ ਤੋਂ ਪਹਿਲੇ ਤੁਸੀਂ ਕੀ ਕੁਝ ਇਸ ਕੈਂਪ ਦੇ ਵਿੱਚ ਸਿੱਖਿਆ, ਵਾਟ ਯੂ ਹੈਵ ਲਰਨਡ ਇਨ ਦਾ ਕੈਂਪ, ਨਾਮ ਦੱਸੋ ਤੇ ਸਾਰੀਆਂ ਚੀਜ਼ਾਂ ਦੱਸੋ। ਮੈਂ ਦੱਸਾਂਗੀ, 9 ਵਜੇ ਆ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ, ਫਿਰ ਉਸ ਤੋਂ ਬਾਅਦ ਸਾਨੂੰ ਬ੍ਰੇਕਫਾਸਟ ਦਿੱਤਾ ਜਾਂਦਾ ਜੀ, ਸੀਰੀਅਲਸ ਵਿਦ ਮਿਲਕ ਹੀ ਸਿਖਾਇਆ। ਹਾਂ, ਤੇ ਕੀ ਤੈਨੂੰ ਸਿਖਾਇਆ? ਸਾਨੂੰ ਸਿਖਾਉਂਦੇ ਆ 10 ਗੁਰੂਆਂ ਦੇ ਨਾਮ, ਉਹ ਵੀ ਹਿਸਟਰੀ ਪਹਿਲਾਂ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿਖਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਖਾਇਆ, ਤਾਂ ਉਹ ਹਿਸਟਰੀ ਕਲਾਸ ਆ। ਤਾਂ ਪੰਜਾਬੀ ਕਲਾਸ ਵਿੱਚ ਸਾਨੂੰ 10 ਗੁਰੂਆਂ ਦੇ ਨਾਮ ਸਿਖਾਉਂਦੇ, 5 ਪਿਆਰੇ, 4 ਸਾਹਿਬਜ਼ਾਦੇ ਅਤੇ ਊੜਾ ਜਿਹੜਾ। ਇਹ ਕਿਸ ਤਰ੍ਹਾਂ ਦਾ ਲੱਗਾ ਕੈਂਪ ਤੁਹਾਨੂੰ ਜਿਹੜਾ? ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਲੱਗਿਆ, ਸਾਨੂੰ ਬਹੁਤ ਕੁਝ ਸਿਖਾਉਂਦੇ, ਸਾਨੂੰ ਬਹੁਤ ਚੰਗਾ ਪੜ੍ਹਾਉਂਦੇ। ਠੀਕ ਹੈ, ਤੇ ਅੱਗੇ ਤੋਂ ਹੀ ਤੁਸੀਂ ਲਾਇਕ ਕਰੋਗੇ ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਆ ਕੇ ਗੁਰਬਾਣੀ ਦੀਆਂ ਕਲਾਸਾਂ ਲੈਣਾ? ਹਾਂਜੀ। ਤੇ ਚਲੋ ਜੀ, ਬਹੁਤ ਵਧੀਆ, ਅਸੀਂ ਹੋਰ ਵੀ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ, ਨਾਲ ਦੀ ਨਾਲ ਅਸੀਂ ਉਹਨਾਂ ਬੱਚਿਆਂ ਨੂੰ ਦੇਖ ਰਹੇ ਹਾਂ, ਤੇ ਸਾਰੇ ਬੱਚੇ ਆ ਜਿਹੜੇ ਉਹ ਇੰਜੋਏ ਕਰ ਰਹੇ ਨੇ ਜੀ ਪੂਰਾ, ਔਰ ਇੱਥੇ ਸਾਡੇ ਵਲੰਟੀਅਰਸ ਵੀ ਸੇਵਾ ਦੇਖ ਰਹੇ ਨੇ। ਅਸੀਂ ਵੀ ਬਹੁਤ ਆਲਸੋ ਥੈਂਕਫੁਲ ਐਪ ਵੀ ਦੱਸਿਆ ਵੀ ਕਿਸ ਤਰ੍ਹਾਂ ਇੱਥੋਂ ਦੀਆਂ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਉਹ ਚੱਲ ਰਹੀਆਂ। ਇਸ ਪਾਸੇ ਜੋ ਪੰਜਾਬ ਦੇ ਵਿੱਚ ਕਦੇ ਅਸੀਂ ਗੋਲੇ ਖਾਂਦੇ ਹੁੰਦੇ ਸੀਗੇ, ਬਰਫ਼ ਦੇ ਗੋਲੇ ਉੱਪਰ ਪਾ ਕੇ ਜਿਹੜੀ ਹੈ ਬਰਫ਼, ਤੇ ਇੱਥੇ ਸਭ ਤੋਂ ਪਹਿਲੇ ਮੈਂ ਦਿਖਾ ਰਿਹਾ ਕਿ ਬਰਫ਼ ਦੇ ਉਹੀ ਗੋਲੇ ਇੱਧਰ ਬਣ ਰਹੇ ਆ ਜੀ, ਲਾਲ ਰੰਗ ਦੇ, ਗ੍ਰੀਨ ਰੰਗ ਦੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਜੀ ਇਹਦੇ ਬਾਰੇ ਚ ਵੀ ਤੁਸੀਂ ਦੱਸੋ ਕੀ ਤੁਸੀਂ ਬਣਾ ਰਹੇ ਹੋ, ਕੀ ਚੀਜ਼ਾਂ ਚੱਲ ਰਹੀਆਂ? ਬਾਬਾ ਇਹਨੂੰ ਆਈਸ ਪੋਲ ਕਹਿ ਦਿੰਦੇ ਆ, ਜੇ ਗੋਰਿਆ ਸਾਹਮਣਾ ਦੇਖੀਏ ਆਪਣੇ ਤਾਂ ਪੰਜਾਬੀ ਚ ਲੱਛੇ ਕਹਿੰਦੇ ਆ, ਪਰ ਇਹ ਗੋਰਿਆ ਦਾ ਫਲੇਵਰ ਹੈ, ਇੱਕ ਇਹਨਾਂ ਦਾ ਬਲੂਬੈਰੀ ਹੈ, ਇੱਕ ਚੈਰੀ ਹੈ, ਤੇ ਆਪਾਂ ਜਿੱਦਾਂ ਪੰਜਾਬੀ ਸਟਾਈਲ ਚ ਬਣਾਉਂਦੇ ਹਾਂ, ਰੂਹ ਅਫਜ਼ਾ ਵੀ ਪਾ ਦੀਦਾ ਆ, ਪਰ ਜਿਹੜਾ ਦੇਸੀ ਸਟਾਈਲ ਚ ਬਣਾ ਦੀਦਾ, ਪਰ ਉਹ ਜਿਹੜਾ ਲੱਛਾ ਹੁੰਦਾ ਉਹ ਵਾਲਾ ਨਜ਼ਾਰਾ ਨੀ ਹੈਗਾ ਇੱਥੇ, ਪਰ ਹੈਗਾ ਆ ਨਿਆਣਿਆਂ ਦਾ। ਠੀਕ ਹੈ, ਵਧੀਆ, ਬਾਕੀ ਵੀ ਨਿਆਣਿਆਂ ਨੂੰ ਪੁੱਛ ਸਕਦੇ। ਠੀਕ ਹੈ ਜੀ, ਇਹ ਮਸ਼ੀਨ ਹੈ ਜੀ ਕ੍ਰਸ਼ ਕਰਨ ਦੇ ਵਾਸਤੇ, ਉਹ ਚ ਬਰਫ਼ ਪਾ ਦੀ, ਫਿਰ ਉਹ ਤੋਂ ਬਾਅਦ ਜਿੱਦਾਂ ਆਪਣੇ ਇੰਡੀਆ ਰਗੜਦੇ ਹੁੰਦੇ ਆ ਉਹੀ ਚੀਜ਼ ਸੇਮ ਆ, ਇਹਨੂੰ ਇੱਦਾਂ ਕਰ ਦਿਓ ਤੇ ਜੀ ਰਗੜ ਕੇ ਜਿਸ ਤਰ੍ਹਾਂ ਬਰਫ਼ ਪਾਈ ਉਸ ਤੋਂ ਬਾਅਦ ਇਹ ਰਗੜਿਆ ਤੇ ਉਹ ਜਿਹੜੀ ਹੈ ਹੇਠਾਂ ਬਰਫ਼ ਚਲੇ ਗਈ, ਉਸੇ ਬਰਫ਼ ਦਾ ਫਿਰ ਇਹ ਬਣਾ ਕੇ ਅੱਗੇ ਪੈ ਜਾਂਦਾ ਜੀ। ਇਹ ਤੁਸੀਂ ਦੇਖ ਰਹੇ ਹੋ ਹੇਠਾਂ ਬਰਫ਼ ਦੇ ਵਿੱਚ ਉਹ ਖਿਲ ਰਹੀ ਹੈ ਬਣ ਕੇ,
ਤੇ ਥੈਂਕ ਯੂ ਜੀ। ਅਸੀਂ ਹੋਰ ਵੀ ਪੁੱਛਦੇ ਹਾਂ, ਇੱਧਰ ਜਿਹੜੇ ਆ ਜੀ ਉਹ ਬਹੁਤ ਸਾਰੇ ਖੜੇ ਨੇ ਇਹ ਖਾਣ ਦੇ ਵਾਸਤੇ ਆਈਸ ਬਾਲ। ਹਾਂਜੀ, ਸਭ ਤੋਂ ਪਹਿਲੇ ਤੁਸੀਂ ਦੱਸੋ ਕਿ ਇਸ ਵੇਲੇ ਆਈਸ ਬਾਲ ਖਾਣ ਲੱਗੇ ਹੋ, ਕਿੰਨਾ ਕੁ ਇਹਦਾ ਟੇਸਟ ਆਉਂਦਾ? ਕਾਫੀ ਵਧੀਆ ਟੇਸਟ ਹੈ, ਪਰ ਇੰਡੀਆ ਵਾਲਾ ਮਜ਼ਾ ਨਹੀਂ ਆ ਰਿਹਾ। ਅੱਛਾ, ਇੰਡੀਆ ਵਾਲਾ ਮਜ਼ਾ ਨਹੀਂ ਆ ਰਿਹਾ, ਫਿਰ ਇੰਡੀਆ ਜਾਣਾ ਪਵੇਗਾ ਲੱਗਦਾ। ਹਾਂਜੀ ਭਾਈ, ਕੋਰੀਅਰ ਮੰਗਵਾ ਲਈਏ ਇੰਡੀਆ ਤੋਂ ਆਈਸ ਬਾਲ? ਨਹੀਂ, ਉੱਥੋਂ ਪਿਘਲ ਜਾਣੀ। ਠੀਕ ਹੈ, ਵਧੀਆ। ਕੀ ਨਾਮ ਹੈ ਤੁਹਾਡਾ? ਦਿਲਸ਼ਾਨ ਸਿੰਘ। ਤੇ ਦਿਲਸ਼ਾਨ ਸਿੰਘ, ਤੁਸੀਂ ਗੁਰਮਤ ਕੈਂਪ ਨੂੰ ਕਿਸ ਤਰ੍ਹਾਂ ਇੰਜੋਏ ਕੀਤਾ, ਪੂਰੇ ਕੈਂਪ ਨੂੰ, ਉਹ ਵੀ ਦੱਸੋ। ਕਾਫੀ ਵਧੀਆ ਸੀਗਾ, ਐਡਵੈਂਚਰ ਵੀ, ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਠੀਕ ਹੈ ਜੀ, ਚਲੋ ਬਹੁਤ ਵਧੀਆ। ਇੱਥੇ ਜੀ ਬਹੁਤ ਸਾਰੇ ਸਿੰਘ ਸਾਡੇ ਕੋਲ ਨੇ, ਇੱਧਰ ਵੀ ਕੁਝ ਸਿੰਘ ਪੀਜ਼ਾ ਇੰਜੋਏ ਕਰ ਰਹੇ ਨੇ। ਔਰ ਇੱਧਰ ਦੇਖੋ ਜੀ, ਪਹਿਲਾਂ ਤੇ ਇਹਨਾਂ ਦੇ ਦੰਦ ਦੇਖੋ, ਤੁਸੀਂ ਇਹ ਦੱਸੋ ਇੰਨੇ ਵਧੀਆ ਦੰਦ ਕਿਵੇਂ ਬਣਾਏ ਨੇ ਅੱਜ? ਹਲੋ, ਦੇਖੋ ਹਲੋ, ਜਿਆਦਾ ਉੱਥੇ ਦਾ ਆਈਸਕ੍ਰੀਮ ਹੈਗਾ, ਲਾਈਕ ਦਾ ਆਈਸ ਨਾਨਾ, ਹਲੋ ਕਲਰ ਪਾਉਂਦੇ ਆ, ਪਿੰਕ ਤੇ ਬਲੂ ਹੈਗੇ ਨੇ, ਜਦ ਵੀ ਉਹ ਪਾਉਂਦੇ ਆ ਫਿਰ ਆਪਾਂ ਖਾਂਦੇ ਆ, ਹਨਾ, ਤੇ ਇੰਨੇ ਕਲਰ ਹੈਗੇ ਨੇ ਕਿ ਉਹਨਾਂ ਤੁਹਾਡੇ ਦੰਦ ਨੂੰ ਬਲੂ ਕਰਦੇ ਆ। ਠੀਕ ਹੈ, ਪਿੱਛੇ ਜਿਹੜੇ ਨੇ ਹੋਰ ਵੀ ਬਹੁਤ ਸਾਰੇ ਆ, ਸਾਰਿਆਂ ਦੇ ਨਾਲ ਅਸੀਂ ਗੱਲ ਕਰਨੀ। ਤੁਸੀਂ ਗੁਰਮਤ ਕੈਂਪ ਨੂੰ ਕਿਸ ਤਰ੍ਹਾਂ ਇੰਜੋਏ ਕੀਤਾ ਪੂਰੇ ਨੂੰ? ਆਪਣਾ ਨਾਮ ਵੀ ਦੱਸੋ ਤੇ ਨਾਲ ਦੱਸੋ ਕਿਵੇਂ ਇੰਜੋਏ। ਖਾਲਸਾ ਵਾਹਿਗੁਰੂ ਫਤਿਹ, ਮੇਰਾ ਨਾਮ ਸ਼ੈਜਵੀ ਸਿੰਘ ਹੈ। ਮੈਂ ਗੁਰਮਤ ਕੈਂਪ ਨੂੰ ਬਹੁਤ ਇੰਜੋਏ ਕੀਤਾ ਕਿਉਂਕਿ ਅਸੀਂ ਰੋਜ਼ ਛੇਤੀ ਉੱਠ ਸਕਦੇ ਹਾਂ ਤੇ ਪਾਠ ਕਰਕੇ ਤੇ ਆਪਣੇ ਫਰੈਂਡਸ ਨਾਲ ਮਿਲ ਸਕਦੇ ਹਾਂ, ਨਵੇਂ ਫਰੈਂਡ ਬਣਾ ਸਕਦੇ ਹਾਂ, ਤੇ ਇਸ ਕਰਕੇ ਮੈਂ ਗੁਰਮਤ ਕੈਂਪ ਨੂੰ ਇੰਜੋਏ ਕੀਤਾ। ਖਾਲਸਾ ਵਾਹਿਗੁਰੂ। ਸਿੱਖਿਆ ਕੈਂਪ ਦੇ ਵਿੱਚੋਂ? ਮੈਂ ਪੰਜਾਬੀ ਪੜ੍ਹਨੀ ਸਿੱਖੀ, ਲਿਖਣੀ ਸਿੱਖੀ ਤੇ ਕੋਈ ਨਵੀਆਂ ਚੀਜ਼ਾਂ ਸਿੱਖੀਆਂ ਆਪਣੇ ਸਿੱਖਾਂ ਬਾਰੇ। ਠੀਕ ਹੈ, ਬਹੁਤ ਵਧੀਆ ਜੀ। ਅੱਗੇ ਤੋਂ ਵੀ ਤੁਸੀਂ ਚਾਹੋਗੇ ਗੁਰਮਤ ਕਲਾਸਾਂ ਚ ਆਣਾ ਇੱਥੇ ਇਸੇ ਤਰ੍ਹਾਂ? ਹਾਂਜੀ, ਮੈਂ ਚਾਹੂੰਗਾ। ਠੀਕ ਹੈ ਜੀ, ਆਓ ਅਸੀਂ ਹੋਰ ਵੀ ਗੱਲ ਕਰਦੇ ਹਾਂ। ਸਾਡੇ ਨਾਲ ਹੋਰ ਵੀ ਖਾਲਸੇ ਨੇ, ਦੇਖੋ ਪੂਰਾ ਚੜ੍ਹਦੀ ਕਲਾ ਦੇ ਵਿੱਚ ਗੁਰੂ ਦਾ ਬਾਣਾ ਪਾਇਆ ਹੋਇਆ, ਆਈਸ ਬਾਲ ਖਾ ਰਹੇ ਨੇ। ਹਾਂਜੀ, ਤੁਸੀਂ ਆਪਣਾ ਨਾਮ ਦੱਸੋ ਤੇ ਦੱਸੋ ਕਿਸ ਤਰ੍ਹਾਂ ਦਾ ਕੈਂਪ ਲੱਗਾ ਤੇ ਕੀ ਕੈਂਪ ਦੇ ਵਿੱਚ ਸਿੱਖਿਆ ਜਾਂ ਕੀ ਤੁਸੀਂ ਅੱਗੇ ਚਾਹੋਗੇ ਜਾਣਨਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਦਰਵੇਸ਼ ਸਿੰਘ ਆ ਤੇ ਮੈਨੂੰ ਬੜਾ ਵਧੀਆ ਲੱਗਿਆ ਕੈਂਪ। ਪਿਛਲੇ ਸਾਲ ਮੈਂ ਸੀਗਾ ਪਰ ਮੈਂ ਇੰਨੇ ਜ਼ਿਆਦਾ ਦਿਨ ਨਹੀਂ ਲਾਏ ਸੀਗੇ, ਇਸ ਸਾਲ ਮੈਨੂੰ ਜ਼ਿਆਦਾ ਵਧੀਆ ਲੱਗਿਆ। ਇਹ ਮੈਨੂੰ ਜ਼ਿਆਦਾ ਚੀਜ਼ਾਂ ਸਿੱਖਣ ਨੂੰ ਮਿਲੀਆਂ, ਜਿੱਦਾਂ ਅੰਮ੍ਰਿਤ ਵੇਲਾ ਮੈਨੂੰ ਪਤਾ ਲੱਗਾ ਤੇ ਪੰਜ ਬਾਣੀਆਂ ਜਿੱਦਾਂ ਸਾਰਾ ਕੁਛ ਪਤਾ ਲੱਗਾ ਤੇ ਹਿਸਟਰੀ ਦਾ ਵੀ ਮੈਨੂੰ ਬੜਾ ਵਧੀਆ ਲੱਗਿਆ ਕਰਨ ਨੂੰ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਇਸ ਕੈਂਪ ਦੇ ਵਿੱਚ ਸਾਨੂੰ ਜਿਹੜੇ ਆ ਉਹ ਵੱਖ ਵੱਖ ਸਟੂਡੈਂਟ ਵੀ ਦਿਸ ਰਹੇ ਨੇ, ਹਰ ਕੋਈ ਆਪਣੀ ਜਗ੍ਹਾ ਤੇ ਇੰਜੋਏ ਕਰ ਰਿਹਾ। ਸਭ ਤੋਂ ਪਹਿਲੇ ਹੁਣ ਅਸੀਂ ਪੁੱਛਦੇ ਹਾਂ, ਹੈਲੋ, ਦੱਸੋ ਜੀ ਤੁਸੀਂ ਇਹ ਕੀ ਕਰ ਰਹੇ ਹੋ, ਕਿਹੜੀ ਖੇਡ ਹੈ ਇਹਦੇ ਚ, ਇਹ ਸਾਰੀ ਚੀਜ਼ ਦੇ ਬਾਰੇ ਸਾਨੂੰ ਸਮਝਾਓ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਗੁਰਤਨਵੀਰ। ਤੇ ਇਹ ਗੁਰਮਤ ਕੈਂਪ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇੰਜੋਏ ਕੀਤਾ ਆ ਕੇ? ਬਹੁਤ ਇੰਜੋਏ ਕੀਤਾ ਸੀ, ਸਾਨੂੰ ਖਿਡਾਉਣੇ ਖਿਡਾਉਂਦੇ ਵੀ ਆ ਤੇ ਖਿਡਾਉਂਦੇ ਵੀ ਆ ਤਾਂ ਉਲਟ ਸਾਨੂੰ ਪੜਾਉਂਦੇ ਵੀ ਬਹੁਤ ਚੰਗਾ। ਠੀਕ ਹੈ, ਤੇ ਅੱਜ ਤੁਸੀਂ ਇਹ ਜੋ ਫੰਡੇ ਹੈ ਖੇਡ ਰਹੇ ਹੋ ਤੇ ਕਿਹੜੀਆਂ ਕਿਹੜੀਆਂ ਗੇਮਸ ਤੁਸੀਂ ਇਸ ਵੇਲੇ ਖੇਲੀਆਂ ਨੇ? ਸਰ ਤੁਸੀਂ ਦੇਖ ਸਕਦੇ ਹੋ ਵੱਡੀ ਜੀ ਟ੍ਰੈਂਪਲੀਨ, ਆਹਾ, ਉੱਥੇ ਮੈਂ ਆਪਣੀ ਭੈਣ ਦੇ ਨਾਲ ਤੇ ਮੈਂ ਆਪਣਾ ਕਜ਼ਨ ਦੇ ਨਾਲ ਰੇਸ ਲਾਈ, ਰੇਸ ਲਾ ਕੇ ਫਿਰ ਮੈਂ ਹੋਰ ਦੋ ਵਾਰ ਹੋਰ ਕੀਤੀਆਂ, ਪੰਜ ਵਾਰ ਹੋਰ,
ਫਿਰ ਮੈਂ ਮਿਡਲ ਵਾਲੀ ਮੈਂ ਜਾਣ ਲੱਗੀ ਸੀ, ਫਿਰ ਉਹ ਕਹਿੰਦੇ ਸੀ ਪੜ੍ਹ ਕੇ, ਫਿਰ ਮੈਂ ਪਹਿਲੀ ਵਾਲੀ ਚੰਗੀ ਹੋ ਚ ਮੈਂ ਜਾਈ ਇੰਨੇ ਨਹੀਂ ਆਏ ਵੈਸੇ, ਫਿਰ ਮੈਂ ਤੀਜੀ ਵਾਰੀ ਚ ਗਈ, ਤੀਜੀ ਚ ਬਹੁਤ ਵਾਰ ਗਈ ਸੀ ਤੇ ਇੰਨੇ ਮਜ਼ੇ ਆਏ ਸੀ, ਫਿਰ ਮੈਂ ਆਈਸ ਕੋਲ ਲਏ ਸੀ ਤੁਸੀਂ ਦੇਖ ਸਕਦੇ। ਠੀਕ ਹੈ, ਗੁੱਡ, ਵੈਰੀ ਗੁੱਡ। ਸਰੀ ਮੈਲਟ ਹੋ ਗਈ ਤੇ ਇਹ ਜਿਹੜੀ ਇਹ ਗੇਮ ਕੀ ਹੈਗੀ ਹੈ, ਵਾਟ ਯੂ ਆਰ ਡੂਇੰਗ ਇਨ ਥਿਸ ਗੇਮ? ਸੋ ਇਹ ਗੇਮ ਆਪਾਂ ਇਹਦਾ ਮਾਰਨਾ ਜਿਹੜੇ ਬਲੂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਲੂ ਇੱਥੇ ਬਲੂ ਤੇ ਲਾਈਨ ਲੱਗੇ ਤੁਸੀਂ ਬਲੂ ਵਾਲੇ ਚ ਪਾਣੇ, ਰੈਡ ਵਾਲੇ ਲੱਗਿਆ ਉਹ ਚ ਰੈਡ ਪਾਣੀ, ਜਿਹੜੇ ਜ਼ਿਆਦਾ ਪੁਆਇੰਟ ਜਿਹਨੂੰ ਜ਼ਿਆਦਾ ਬੰਦੇ ਨੂੰ ਜ਼ਿਆਦਾ ਪੁਆਇੰਟ ਮਿਲੂਗਾ ਉਹ ਜਿੱਤੇ ਜਾਊਗਾ। ਗੁੱਡ, ਵੈਰੀ ਗੁੱਡ ਜੀ, ਬਹੁਤ ਵਧੀਆ। ਤੇ ਦੋਸਤੋ ਆਓ ਅੱਗੇ ਵੀ ਇਹ ਦੇਖੋ, ਸਾਰੇ ਹੀ ਬੱਚੇ ਇਹ ਗੇਮਸ ਖੇਡ ਰਹੇ ਨੇ। ਇੱਕ ਇਹ ਹੋਰ ਆ ਗਈ ਹੈ, ਇਹਦੇ ਤੋਂ ਹੀ ਪੁੱਛਦੇ ਆ ਤੂੰ ਕੀ ਖੇਡਿਆ ਅੱਜ, ਕਿਸ ਤਰ੍ਹਾਂ ਰਿਹਾ ਗੁਰਮਤ ਕੈਂਪ, ਕਿਸ ਤਰ੍ਹਾਂ ਲੱਗਾ ਤੈਨੂੰ? ਅੱਜ ਗੁਰਮਤ ਕੈਂਪ ਬਹੁਤ ਚੰਗਾ ਹੈ, ਨਾਲੇ ਬਹੁਤ ਫਨ ਲੈਣੇ ਆ, ਤਾਂ ਮੈਂ ਚਾਹੁੰਦੀ ਹਾਂ ਕਿ ਵੀ ਤੁਸੀਂ ਵੀ ਆਓ ਇੱਥੇ ਗੁਰਮਤ ਕੈਂਪ ਦੀਆਂ ਖੇਲੋ, ਇੱਥੇ ਆ ਬਹੁਤ ਮਜ਼ਾ ਕਿੰਨੇ ਉਹ ਲੱਗੇ ਆ, ਤੁਸੀਂ ਵੀ ਆਓ। ਤਾਂ ਇੱਥੇ ਬਹੁਤ ਜ਼ਿਆਦਾ ਕੁਛ ਸਾਨੂੰ ਸਿਖਾਉਂਦੇ ਆ, ਬ੍ਰੇਕਫਾਸਟ 'ਚ ਕਿੰਨੀਆਂ ਚੀਜ਼ਾਂ ਮਿਲਦੀਆਂ ਹੈ, ਤਾਂ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਕੁਛ ਦਿੰਦੇ ਆ, ਤਾਂ ਤੁਸੀਂ ਵੀ ਆਓ ਇੱਥੇ। ਹਿਸਟਰੀ ਕਲਾਸ ਲੱਗਦੀ, ਸੰਥਿਆ ਕਲਾਸ ਲੱਗਦੀ, ਔਰ ਸੰਥਿਆ ਕਲਾਸ ਦੇ ਵਿੱਚ ਸਾਨੂੰ ਜਪਜੀ ਸਾਹਿਬ ਦਾ ਪਾਠ ਸਿਖਾਉਂਦੇ ਆ। ਬਿਲਕੁਲ ਜੀ, ਬਹੁਤ ਵਧੀਆ, ਥੈਂਕ ਯੂ ਤੁਸੀਂ ਗੱਲ ਕੀਤੀ। ਤੇ ਹੋਰ ਵੀ ਆਪਾਂ ਜਿਹੜੇ ਨੇ ਇੱਥੇ ਬੱਚੇ ਦੇਖਦੇ ਹਾਂ, ਸਾਰੇ ਹੀ ਸਾਨੂੰ ਮਿਲ ਰਹੇ ਨੇ, ਅਸੀਂ ਸਾਰਿਆਂ ਨਾਲ ਵਲੰਟੀਅਰਸ ਵੀ ਇੱਥੇ। ਯੂ ਵਾਂਟ ਟੂ ਆਲਸੋ ਟਾਕ, ਕਿਸ ਤਰ੍ਹਾਂ ਦਾ ਰਿਹਾ ਗੁਰਮਤ ਕੈਂਪ, ਕਿਵੇਂ ਲੱਗਾ ਤੁਹਾਨੂੰ, ਕੀ ਕੁਝ ਸਿੱਖਿਆ ਹੈ, ਆਪਣਾ ਨਾਮ ਦੱਸੋ ਤੇ ਸਾਰੇ ਐਕਸਪੀਰੀਅੰਸ ਸ਼ੇਅਰ ਕਰੋ। ਓਕੇ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਨਾਮ ਜਪਜੀ ਕੌਰ ਹੈ, ਹਾਂ ਮੈਂ 9 ਸਾਲ ਦੀ ਹਾਂ, ਤੇ ਮੈਂ ਗੁਰਮਤ ਕੈਂਪ 'ਚ ਪਾਠ ਸਿੱਖਿਆ, ਤੇ 10 ਗੁਰੂਆਂ ਦੇ ਨਾਮ ਜਿਵੇਂ ਭਾਈ ਦਇਆ ਸਿੰਘ ਜੀ, ਠੀਕ ਹੈ, ਗੁਰੂ ਨਾਨਕ ਦੇਵ ਜੀ। ਅੱਜ ਦਾ ਜਿਹੜਾ ਫੰਡ ਹੈ ਉਹ ਕਿਸ ਤਰ੍ਹਾਂ ਦਾ ਲੱਗਾ, ਗੁਰਮਤ ਕੈਂਪ ਦਾ ਫੰਡ ਹੈ? ਉਹ ਮੈਨੂੰ ਬਹੁਤ ਮਜ਼ਾ ਆਇਆ, ਬਸ ਗਰਮੀ ਬਹੁਤ ਹੈ। ਠੀਕ ਹੈ, ਕੀ ਕੁਝ ਖਾਧਾ ਅੱਜ? ਫਿਰ ਅੱਜ ਮੈਂ ਬਰਗਰ, ਪੀਜ਼ਾ ਖਾਧਾ, ਤੇ ਗੋਲਾ ਤੇ ਪਾਣੀ ਪੀਤਾ। ਠੀਕ ਹੈ, ਵੈਰੀ ਗੁੱਡ, ਨਾਈਸ, ਆਈ ਹੋਪ ਯੂ ਆਰ ਇੰਜੋਇੰਗ ਫੁੱਲ ਇਨ ਦਿਸ ਕੈਂਪ। ਤੇ ਸਾਰੇ ਹੀ ਬੱਚੇ ਸਾਰੇ ਇਸ ਦੇ ਵਿੱਚ ਜੀ ਇੰਜੋਏ ਕਰ ਰਹੇ ਨੇ, ਗੇਮਸ ਖੇਡ ਰਹੇ ਆ। ਇੱਕ ਹੋਰ ਸਾਡੇ ਕੋਲ ਬੱਚਾ ਆਇਆ, ਹਾਂਜੀ ਪਹਿਲੇ ਆਪਣਾ ਨਾਮ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਮਨ ਕੌਰ ਹੈ, ਮੈਂ ਗੁਰਮਤ ਕੈਂਪ ਵਿੱਚ ਬਹੁਤ ਕੁਛ ਸਿੱਖਿਆ ਹੈ, ਜਿੱਦਾਂ ਸਿੱਖੀ ਦੇ ਬਾਰੇ, ਗੁਰੂਆਂ ਦੇ ਬਾਰੇ, 5 ਪਿਆਰਿਆਂ ਦੇ ਨਾਂ, 4 ਸਾਹਿਬਜ਼ਾਦਿਆਂ ਦੇ ਨਾਂ, ਅਤੇ ਇਹ ਬੜਾ ਵਧੀਆ ਗੁਰਮਤ ਕੈਂਪ ਹੈ ਜੋ ਕਿ ਲਾਉਂਦੇ ਆ, ਬੱਚਿਆਂ ਨੂੰ ਬਹੁਤ ਕੁਛ ਸਿੱਖਿਆ ਮਿਲਦੀ ਹੈ ਇੱਥੋਂ। ਅਤੇ ਠੀਕ ਹੈ, ਬਹੁਤ ਵਧੀਆ ਹੈ। ਅਤੇ ਮੇਰੇ ਨਾਲ ਇਸ ਵੇਲੇ ਇਸ ਕੈਂਪ ਦੇ ਵਿੱਚ ਸੇਵਾ ਨਿਭਾਉਣ ਵਾਲੇ ਅਸੀਸਪ੍ਰੀਤ ਕੌਰ ਨੇ ਜੋ ਟੀਚਰ ਹੈ, ਤੇ ਅਸੀਸ ਤੁਸੀਂ ਇੱਥੇ ਟੀਚਰ ਦੀ ਸੇਵਾ ਨਿਭਾਈ ਹੈ, ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈ ਬੱਚਿਆਂ ਨੂੰ ਸਿਖਾਉਣ ਦਾ, ਜਾਂ ਸਾਰੀਆਂ ਚੀਜ਼ਾਂ ਸ਼ੇਅਰ, ਆਪਣਾ ਐਕਸਪੀਰੀਅੰਸ ਜੋ 15 ਦਾ ਐਕਸਪੀਰੀਅੰਸ ਸੀ 2 ਦਾ, ਉਹ ਸਾਰਿਆਂ ਨਾਲ ਸ਼ੇਅਰ ਕਰੋ। ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਸੀਸਪ੍ਰੀਤ ਕੌਰ ਹੈ, ਮੈਂ ਦਿੱਲੀ ਤੋਂ ਹਾਂ, ਤੇ ਇਹ ਮੇਰਾ ਪਹਿਲਾ ਸਮਰ ਕੈਂਪ ਹੈ ਕੈਨੇਡਾ ਮੋਂਟਰੀਅਲ ਦੇ ਵਿੱਚ।
ਤੇ ਸਿਮਰ ਕੈਂਪ ਬਹੁਤ ਵਧੀਆ ਲੱਗਿਆ। ਪਹਿਲੇ ਤਾਂ ਥੈਂਕ ਯੂ ਸੋ ਮੱਚ ਟੂ ਸੀਮਾ ਮੈਮ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇੱਥੇ ਐਜ਼ ਅ ਆਪਣੀ ਸੇਵਾ ਨਿਭਾ ਪਾਈ ਐਜ਼ ਅ ਟੀਚਰ ਦੀ। ਉਸ ਤੋਂ ਬਾਅਦ ਇੱਥੇ ਬੱਚਿਆਂ ਨੂੰ ਸਿਖਾ ਕੇ ਬਹੁਤ ਕੁਝ ਖੁਦ ਸਿੱਖਣ ਨੂੰ ਮਿਲਿਆ, ਜਿਵੇਂ ਕਿ ਅਸੀਂ ਹੁਣ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਆਪਣਾ। ਅਸੀਂ ਇੱਥੇ ਸਭ ਕੁਝ ਲਾਈਵ ਬੱਚਿਆਂ ਨੂੰ ਦਿਖਾਇਆ ਕਿ ਅਗਰ ਅਸੀਂ 5 ਕਕਾਰ ਅਸੀਂ ਦੱਸ ਰਹੇ ਹਾਂ ਬੱਚਿਆਂ ਨੂੰ, ਤੇ ਉਹਦੇ ਵਿੱਚ ਅਸੀਂ ਕਛਹਿਰਾ ਤੱਕ ਅਸੀਂ ਦੇ ਕੇ ਸਿਖਾਇਆ ਬੱਚਿਆਂ ਨੂੰ ਕਿਵੇਂ ਗੁਰੂ ਘਰ 'ਚ ਆਉਣਾ ਚਾਹੀਦਾ, ਕਿਵੇਂ ਬਹਿਣਾ ਚਾਹੀਦਾ, ਕੜਾ ਪ੍ਰਸ਼ਾਦ ਕਿਵੇਂ ਲਈਦੀ ਹੈ, ਪਾਲਕੀ ਸਾਹਿਬ ਕੀ ਹੁੰਦੀ ਹੈ, ਸਭ ਕੁਝ ਦੱਸਿਆ। ਇਹਦੇ ਵਿੱਚ ਹਾਰਮੋਨੀਅਮ ਦੀ ਕਲਾਸਿਸ ਵੀ ਹੋਈ ਸੀ, ਹਿਸਟਰੀ ਕਲਾਸ ਵੀ ਹੋਈ ਸੀ, ਸੰਥਿਆ ਦੀ ਵੀ ਕਲਾਸਿਸ ਲੱਗਦੀਆਂ ਰਹਿੰਦੀਆਂ ਨੇ। ਬਹੁਤ ਅੱਛਾ ਉਪਰਾਲਾ ਜੋ ਕੈਨੇਡਾ ਦੀ ਸੰਗਤ ਕਰ ਰਹੀ ਹੈ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੀ। ਸੋ ਮੇਰੀ ਅੱਗੇ ਵੀ ਇਹੀ ਰਹੇਗੀ ਕਿ ਅਗਰ ਮੈਂ ਇੱਥੇ ਰਹੀ ਤੇ ਮੈਂ ਨਾਲ ਹਮੇਸ਼ਾ ਜੁਆਇਨ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਨਾਲ, ਹੋਰ ਵੀ ਬਹੁਤ ਸਾਰੇ ਸਟੂਡੈਂਟਸ ਨੇ, ਤੇ ਅੱਜ ਤੁਸੀਂ ਜਿਹੜਾ ਉਹ ਗੁਰਮਤ ਕਵਿਜ਼ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀਗਾ, ਤੁਸੀਂ ਸਾਰਾ ਆਪਣਾ ਐਕਸਪੀਰੀਅੰਸ ਸਾਰੇ ਸ਼ੇਅਰ ਕਰੋ, ਕਵਿਜ਼ ਕਿਸ ਤਰ੍ਹਾਂ ਸੀ ਤੁਹਾਡਾ, ਜਾਂ ਹੋਰ ਜੋ ਤੁਸੀਂ ਗੁਰਮਤ ਦੇ ਵਿੱਚ ਕੀ ਕੁਝ ਲਰਨ ਕੀਤਾ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਨਾਮ ਦੱਸੋ ਤੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਰਾਜ ਸਿੰਘ ਹੈ, ਅਤੇ ਆਹ ਕੈਂਪ ਜਦੋਂ ਪਹਿਲੇ ਦਿਨ ਤੋਂ ਮੈਂ ਸੰਥਿਆ ਕਲਾਸ 'ਚ ਰਿਹਾ, ਅਤੇ ਉੱਥੋਂ ਅਸੀਂ ਗੁਰਬਾਣੀ ਦਾ ਬਹੁਤ ਜ਼ਿਆਦਾ ਮਤਲਬ ਸਿੱਖੇ, ਅਤੇ ਹਿਸਟਰੀ ਵੀ ਸਾਨੂੰ ਬਹੁਤ ਜ਼ਿਆਦਾ ਆਈ, ਅਤੇ ਅੱਜ ਦਾ ਦਿਨ ਵੀ ਸਭ ਤੋਂ ਵਧੀਆ ਸੀ, ਅਤੇ ਜਿਹੜਾ ਅੱਜ ਦਾ ਕੁਇਜ਼ ਉਹਦੇ 'ਚ ਸਾਡੇ ਟੀਚਰ ਜੀ ਕਰਕੇ ਸਾਡੀ ਟੀਮ ਜਿੱਤੀ ਵੀ, ਅਤੇ ਬਸ। ਤੇ ਹੋਰ ਤੁਸੀਂ ਜਿਹੜਾ ਹੈਗਾ ਚੀਜ਼ਾਂ ਸ਼ੇਅਰ ਕਰ ਸਕਦੇ ਹੋ ਕੀ ਕੁਛ ਤੁਸੀਂ, ਜਿਸ ਤਰ੍ਹਾਂ ਹਿਸਟਰੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਿੱਖ ਇਤਿਹਾਸ ਦੇ ਬਾਰੇ ਚ ਦੱਸੀਆਂ ਗਈਆਂ? ਜਿਸ ਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੱਸਿਆ ਗਿਆ, ਸ੍ਰੀ ਗੁਰੂ ਅੰਗਦ ਦੇਵ ਜੀ, ਅਤੇ ਸ੍ਰੀ ਗੁਰੂ ਅਮਰਦਾਸ, ਰਾਮਦਾਸ ਅਤੇ ਅਰਜਨ ਦੇਵ ਜੀ ਦਾ ਵੀ ਦੱਸਿਆ ਗਿਆ, ਅਤੇ ਬਾਕੀ 10 ਗੁਰੂਆਂ ਦਾ ਵੀ ਦੱਸਿਆ ਗਿਆ। ਬਿਲਕੁਲ ਜੀ, ਠੀਕ ਹੈ ਜੀ, ਥੈਂਕ ਯੂ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਤੇ ਸਤਸੰਗ ਜੀ ਅਸੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਬੱਚੇ ਸਰ ਇੰਜੋਏ ਕਰ ਰਹੇ ਨੇ, ਉਧਰਲੇ ਝੂਲਿਆਂ ਨੂੰ ਵੀ ਦੇਖਦੇ ਆ, ਉਹਨਾਂ ਝੂਲਿਆਂ ਤੇ ਵੀ ਜਿਹੜਾ ਉਹ ਬੱਚੇ ਚੜੇ ਹੋਏ ਆ, ਇੰਜੋਏ ਕਰ ਰਹੇ ਆ ਸਾਰਾ। ਬਹੁਤ ਚੰਗੀ ਚੀਜ਼ਾਂ ਸਾਰੀਆਂ ਲੱਗ ਰਹੀਆਂ ਨੇ ਸਾਨੂੰ, ਕਿ ਜਿੱਥੇ ਵੀ ਅਸੀਂ ਦੇਖਦੇ ਹਾਂ, ਜਿਸ ਪਾਸੇ ਜਾਂਦੇ ਹਾਂ, ਜੇ ਕੋਈ ਥੱਕ ਜਾਂਦਾ ਹੈ, ਕਿਸੇ ਨੂੰ ਛਾਂ ਦੀ ਜ਼ਰੂਰਤ ਹੁੰਦੀ ਹੈ, ਉਹ ਇੱਥੇ ਆ ਕੇ ਥੋੜਾ ਟਾਈਮ ਰੈਸਟ ਵੀ ਕਰ ਲੈਂਦਾ ਹੈ, ਟੈਂਟ ਲੱਗੇ ਆ। ਬਹੁਤ ਹੀ ਵਧੀਆ ਜਿਹੜਾ ਇਹ ਸਾਰੇ ਦਾ ਸਾਰਾ ਉਪਰਾਲਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਲਸਾਲ ਦੀ ਮੈਨੇਜਮੈਂਟ ਵੱਲੋਂ ਅਤੇ ਕੈਂਪ ਦੇ ਸਾਰੇ ਹੀ ਵੀਰਾਂ ਵੱਲੋਂ ਮਿਲ ਕੇ ਕੀਤਾ ਗਿਆ। ਉਹ ਸਾਰੇ ਦੇ ਸਾਰੇ ਐਕਸਪੀਰੀਅੰਸ ਅੱਜ ਮੈਂ ਤੁਹਾਡੇ ਨਾਲ ਜਿਹੜਾ ਜੀ ਸ਼ੇਅਰ ਕਰ ਰਿਹਾ। ਇੱਧਰ ਕੈਂਪ ਦੇ ਵਿੱਚ ਸੇਵਾ ਨਿਭਾਉਣ ਵਾਲੇ ਸਾਡੇ ਸਤਿਕਾਰਯੋਗ ਰਾਗੀ ਜਥਾ ਵੀਰ ਨੇ, ਜਿਹੜੇ ਭਾਈ ਜਗਜੀਤ ਸਿੰਘ ਜੀ, ਨਾਲ ਹੀ ਗੁਰਬਾਣੀ ਦੇ ਕਥਾ ਦੀ ਸੇਵਾ ਨਿਭਾਉਣ ਵਾਲੇ, ਜੋ ਬੱਚਿਆਂ ਨੂੰ ਕੀਰਤਨ ਕਥਾ ਅਰਦਾਸ ਕਰਨੀ ਉਹ ਸਿਖਾਉਂਦੇ ਨੇ, ਉਹ ਸਾਰੇ ਹੀ ਵੀਰ ਬੈਠੇ ਆ। ਤੇ ਮੈਂ ਵੀਰ ਜੀ, ਤੁਸੀਂ ਕੈਂਪ ਦਾ ਐਕਸਪੀਰੀਅੰਸ ਸ਼ੇਅਰ ਕਰੋ ਜੀ, ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਸਾਰੇ ਕੈਂਪ ਦੇ ਵਿੱਚ? ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਜਿੱਥੇ ਅਸੀਂ ਬਹੁਤ ਕੁਝ ਬੱਚਿਆਂ ਨੂੰ ਸਿਖਾਇਆ ਜੀ, ਉੱਥੇ ਸਾਨੂੰ ਇਸ ਕੈਂਪ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ, ਕਿਉਂਕਿ 2 ਵੀਕ ਦਾ ਕੈਂਪ ਸੀਗਾ ਜੀ, ਜਿਹਦੇ ਵਿੱਚ ਬਹੁਤ ਬਹੁਤ ਵਧੀਆ ਵਿਦਵਾਨ ਆਏ ਸੀਗੇ, ਜਿਵੇਂ ਆਪ ਜੀ ਭਾਈ ਗੁਰਵੇਲ ਸਿੰਘ ਜੀ, ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ ਜੀ ਬੜੂ ਸਾਹਿਬ ਵਾਲੇ, ਭਾਈ ਬਲਬੀਰ ਸਿੰਘ ਜੀ, ਵਧੀਆ ਵਧੀਆ ਵਿਦਵਾਨ ਸੱਜਣ
ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਗਾਈਡ ਸਿਖਾਉਣ ਵਾਸਤੇ ਆਏ ਸੀਗੇ ਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਅਸੀਂ ਵੀ ਬੱਚਿਆਂ ਨੂੰ ਕਲਾਸਾਂ ਦਿੱਤੀਆਂ ਤੇ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਇੰਜੋਇਮੈਂਟ ਵੀ ਕੀਤੀ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਕੈਂਪ ਜਿਹੜਾ ਆ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਲੱਗਦਾ ਰਹੇਗਾ ਤੇ ਲੱਗਦਾ ਰਹਿਣਾ ਚਾਹੀਦਾ ਵਾ ਜਿਹਦੇ ਨਾਲ ਸਾਡੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਹੀ ਬੱਚਿਆਂ ਨੂੰ ਜਿੱਥੇ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਜੀ ਪੰਜਾਬੀ ਦੀ ਹਾਂਜੀ ਉਹ ਬੜੀ ਜ਼ਰੂਰੀ ਸੀ ਇੱਥੇ ਤੇ ਉਹ ਬਹੁਤ ਕੁਝ ਬੱਚਿਆਂ ਨੇ ਸਿੱਖਿਆ ਬਿਲਕੁਲ ਜੀ ਬਹੁਤ ਵਧੀਆ ਹੈ ਕਿਉਂਕਿ ਬੱਚੇ ਕੀਰਤਨ ਵੀ ਕਰਨਾ ਸਿੱਖ ਗਏ ਆ ਤੁਹਾਡੇ ਨਾਲ ਬੈਠ ਕੇ ਉਹ ਕੀਰਤਨ ਦੀ ਹਾਜ਼ਰੀ ਵੀ ਭਰਦੇ ਆ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਿ ਗੁਰੂ ਦਾ ਜਸ ਗੁਰਬਾਣੀ ਕੀਰਤਨ ਦੀ ਦਾਤ ਉਹਨਾਂ ਬੱਚਿਆਂ ਤੱਕ ਗਈ ਤੇ ਵੀਰ ਜੀ ਤੁਸੀਂ ਵੀ ਬੱਚਿਆਂ ਨੂੰ ਜਿਹੜਾ ਅਰਦਾਸ ਕਰਨੀ ਵਾਕ ਲੈਣਾ ਹੋਰ ਬਹੁਤ ਸੇਵਾਵਾਂ ਨਿਭਾਈਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਠਾਉਣਾ ਤੁਸੀਂ ਬੱਚਿਆਂ ਨੂੰ ਸਿਖਾ ਦਿੱਤਾ ਕੀਰਤਨ ਕਿਵੇਂ ਕਰਨਾ ਹੈ ਵਾਕ ਕਿਵੇਂ ਲੈਣਾ ਹੈ ਅਰਦਾਸ ਕਿਵੇਂ ਕਰਨੀ ਹੈ ਇਹ ਚੀਜ਼ਾਂ ਆਪ ਜੀ ਨੇ ਸੰਗਤ ਦੇ ਵਿੱਚ ਬੱਚਿਆਂ ਤੋਂ ਕਰਵਾਉਂਦੇ ਹੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਨਵਾਂ ਸ਼ਹਿਰ ਤੋਂ ਬਿਲੋਂਗ ਕਰਦਾ ਰਹਾ ਹੂੰ ਜਿੱਥੇ 27 ਸਾਲ ਤੋਂ ਡਿਊਟੀ ਵੀ ਕਰ ਰਿਹਾ ਤੇ ਨਾਲ ਬੱਚਿਆਂ ਦਾ ਕੈਂਪ ਲਾ ਰਿਹਾ ਅੱਜ ਵਿਦੇਸ਼ਾਂ ਦੇ ਦੌਰੇ ਦੇ ਵਿੱਚ ਇਹ 6 ਮਹੀਨੇ ਦੇ ਦੌਰੇ ਵਿੱਚ ਆ ਕਰਕੇ ਜੋ ਇੱਥੇ ਬੱਚਿਆਂ ਨੂੰ ਫਿਰ ਉਹੀ ਕੈਂਪ ਦੇ ਵਿੱਚ ਬੱਚਿਆਂ ਨੂੰ ਸਿਖਾਲਣ ਲਈ ਮੈਨੂੰ ਆਪਣਾ ਐਕਸਪੀਰੀਅੰਸ ਬੱਚਿਆਂ ਨਾਲ ਸ਼ੇਅਰ ਕਰਨ ਦਾ ਸਮਾਂ ਮਿਲਿਆ ਜੀ ਪ੍ਰਬੰਧਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਬੱਚਿਆਂ ਨੇ ਜਿਹੜੇ ਵੱਡੇ ਬੱਚੇ ਵੀ ਬਾਣੀ ਨਹੀਂ ਪੜ੍ਹ ਸਕਦੇ ਸੀ ਵੱਡੇ ਉਮਰ ਵਾਲੇ ਨਹੀਂ ਕਰ ਸਕਦੇ ਸੀ ਉਹ ਛੋਟੇ ਬੱਚੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹੁਕਮਨਾਮਾ ਵੀ ਲੈਣ ਸਿੱਖ ਗਏ ਜੀ ਅਰਦਾਸ ਬੇਨਤੀ ਕਰਨਾ ਵੀ ਸਿੱਖ ਗਏ ਤੇ ਕੀਰਤਨ ਤੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਇਹੋ ਜਿਹਾ ਉਪਰਾਲਾ ਪ੍ਰਬੰਧਕਾਂ ਵੱਲੋਂ ਵੀ ਸੰਗਤਾਂ ਵੱਲੋਂ ਵੀ ਹਰ ਵੇਲੇ ਹਰ ਸਾਲ ਕਰਨਾ ਚਾਹੀਦਾ ਮੈਂ ਸਭ ਦਾ ਧੰਨਵਾਦ ਕਰਦਾ ਪ੍ਰੋਫੈਸਰ ਗੁਰਮੇਲ ਸਿੰਘ ਜੀ ਵਿਸ਼ੇਸ਼ ਤੌਰ ਤੇ ਜੋ ਬੱਚਿਆਂ ਦੇ ਨਾਲ ਹਿਸਟਰੀ ਦੀ ਸਾਂਝ ਪਾਉਣ ਲਈ ਆਏ ਇਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਹੈ ਜੀ ਸਹਿਜ ਨਾਲ ਸਾਰੇ ਹੀ ਕੈਂਪ ਦੀ ਕਵਰੇਜ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਹੋਰ ਵੀ ਅਸੀਂ ਦੇਖਦੇ ਹਾਂ ਸਾਰੇ ਪਾਸੇ ਵੱਲ ਜਦੋਂ ਕਿ ਕਿਸ ਤਰ੍ਹਾਂ ਸਾਰੀ ਸੰਗਤ ਹੈ ਜਿਹੜੀ ਇਹਦੇ ਸੇਵਾਵਾਂ ਨਿਭਾ ਰਹੀ ਹੈ ਤੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਵੀ ਵੀਰ ਜੀ ਥੋੜਾ ਤੁਸੀਂ ਕੈਂਪ ਦੇ ਬਾਰੇ ਦੱਸਿਓ ਕਿਉਂਕਿ ਆਰਗੇਨਾਈਜ਼ਰ ਤੁਸੀਂ ਸੀ ਮੈਨੇਜ ਸਾਰੇ ਕਰਨ ਦੀਆਂ ਸੇਵਾਵਾਂ ਸੀ ਤੇ ਕਿਸ ਤਰ੍ਹਾਂ ਲੱਗਾ ਪੂਰੇ ਕੈਂਪ ਦਾ ਤਜਰਬਾ ਆਪਣਾ ਨਾਮ ਆਪਣੇ ਸਾਰੇ ਚੀਜ਼ਾਂ ਕਿਉਂਕਿ ਸਭ ਕੁਝ ਚੱਲਦਾ ਆਫਿਸ ਵਿੱਚੋਂ ਹੀ ਹੈ ਉਹ ਜਿਸ ਤਰ੍ਹਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕੀਤਾ ਹੈ ਉਹ ਸਾਰਿਆਂ ਦੇ ਬਾਰੇ ਚ ਤੁਸੀਂ ਸੰਗਤ ਨਾਲ ਸਾਂਝ ਪਾਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ ਜੀ ਇਹ ਪਹਿਲੀ ਵਾਰ ਨਹੀਂ ਇਹ ਬਹੁਤ ਦੇਰ ਤੋਂ ਲੱਗ ਰਿਹਾ ਜਦੋਂ ਆਪਾਂ ਲਸ਼ੀਨ ਹੁੰਦੇ ਸੀ ਪਰ ਇਹ ਗੁਰਦੁਆਰਾ ਜੀ ਦਾ 2000 ਚ ਸ਼ੁਰੂ ਹੋਇਆ ਉਸ ਤੋਂ ਬਾਅਦ ਹਰ ਸਾਲ ਕੈਂਪ ਲੱਗ ਰਿਹਾ ਹੈ ਬਹੁਤ ਸਾਲ ਹੋ ਗਏ ਨੇ ਬੱਚੇ ਜਿੱਦਾਂ ਪਹਿਲੇ 50-75-100 ਹੁਣ ਐਰਕੀ ਵਾਲੀ 245-245 ਬੱਚੇ ਰਜਿਸਟਰਡ ਹੋਏ ਨੇ ਜੀ ਤੇ ਸਾਰਾ ਹੀ ਇਹ ਜਿਹੜਾ ਚੱਲ ਰਿਹਾ ਸਾਡੇ ਭੈਣ ਜੀ ਜਸਵੀਰ ਕੌਰ ਉਹਨਾਂ ਦੀ ਬੇਟੀ ਸੀਮਾ ਉਹਨਾਂ ਦੇ ਉਪਰਾਲੇ ਨਾਲ ਹੀ ਹੁੰਦਾ ਹੈ ਬੇਟੇ ਬਹੁਤ ਵਧੀਆ ਉਪਰਾਲਾ ਹੈ ਤੇ ਚੱਲਦਾ ਰਹਿਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਸੰਗ ਜੀ ਨਾਲ ਦੀ ਨਾਲ ਆਪਾਂ ਦੇਖ ਰਹੇ ਹਾਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬੱਚੇ ਕਿਸ ਤਰ੍ਹਾਂ ਇਸ ਕੈਂਪ ਨੂੰ ਇੰਜੋਏ ਕਰ ਰਹੇ ਨੇ ਜੇ ਅਸੀਂ ਇਸ ਪਾਸੇ ਗੱਲ ਕਰੀਏ ਤੇ ਤੁਸੀਂ ਦੇਖੋਗੇ ਕਿ ਇਸ ਵਾਲੇ ਕਲਾਈਂਬਿੰਗ ਤੇ ਇਹ ਝੂਲਾ ਜਿਹੜਾ ਇਸ ਤੇ ਚੜ੍ਹਨ ਦੇ ਵਾਸਤੇ ਕਿੰਨੇ ਬੱਚੇ ਆ ਜਿਹੜੇ ਉਹ ਲਾਈਨ ਲਗਾ ਕੇ ਖੜੇ ਹੋਏ ਨੇ ਔਰ ਇਹਨਾਂ ਬੱਚਿਆਂ ਨੇ ਇਹਦੇ ਉੱਪਰ ਚੜ੍ਹਨਾ
ਅੱਗੇ ਜਾਣਾ ਹੈ, ਉਸ ਸਾਈਡ ਤੇ ਜਾ ਕੇ ਜੰਪ ਕਰਨਾ। ਤੇ ਸਾਡੇ ਨਾਲ ਇਹ ਵੀਰ ਨੇ ਜਿਹੜੇ ਇਸ ਕੈਂਪ ਦੇ ਵਿੱਚ ਆਈ ਥਿੰਕ ਵਲੰਟੀਅਰ ਸੇਵਾ ਨਿਭਾ ਰਹੇ ਆ। ਤੇ ਤੁਹਾਡਾ ਐਜ਼ ਏ ਵਲੰਟੀਅਰ ਐਕਸਪੀਰੀਅੰਸ ਕੀ ਰਿਹਾ? ਹਾਂ ਚਲੋ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਤੁਸੀਂ ਵੀ ਆ ਜਾਓ ਆ ਜਾਓ। ਹਾਂ ਚਲੋ ਤੁਸੀਂ ਕਰ ਲਓ। ਮੇਰਾ ਐਜ਼ ਅ ਵਲੰਟੀਅਰ ਐਕਸਪੀਰੀਅੰਸ ਬਹੁਤ ਅੱਛਾ ਸੀ। ਬੱਚਿਆਂ ਦੀ ਹੈਲਪ ਕਰਨਾ ਕਿ ਬੱਚਿਆਂ ਨੂੰ ਕੋਈ ਨੀਡ ਆ ਫੋਟੋ ਕਾਪੀਆਂ ਦੀ, ਬੱਚਿਆਂ ਨੂੰ ਸਿਖਾਉਣਾ ਕਦੇ ਕਦੇ ਕਿ ਖੁਦ ਵੀ ਸਿੱਖਣ ਨੂੰ ਮਿਲਦਾ ਕਦੇ ਜਦੋਂ ਬੱਚਿਆਂ ਨੂੰ ਸਿਖਾਉਂਦੇ ਹੋ ਤੁਸੀਂ। ਬਿਲਕੁਲ ਬਿਲਕੁਲ ਐਕਸਪੀਰੀਅੰਸ ਵੱਧਦਾ। ਹਾਂਜੀ ਤੇ ਅੱਜ ਤੁਸੀਂ ਹੁਣ ਇੱਥੇ ਕੀ ਸੇਵਾ ਮਿਲੀ ਹੋਈ ਹੈ ਤੁਹਾਨੂੰ? ਅਸੀਂ ਸਾਨੂੰ ਸੇਵਾ ਮਿਲੀ ਹੈ ਕਿ ਬੱਚਿਆਂ ਨੂੰ ਲਾਈਨ 'ਚ ਰੱਖਣਾ ਕਿ ਇੱਕ ਇੱਕ ਕਰਕੇ ਭੇਜਣਾ, ਹਾਂ ਤਾਂ ਕਿ ਹਰ ਇੱਕ ਨੂੰ ਚਾਂਸ ਮਿਲ ਸਕੇ। ਹਾਂਜੀ ਤੇ ਚਲੋ ਬਹੁਤ ਵਧੀਆ। ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਇਹਦੇ ਉੱਤੇ? ਹਾਊ ਯੂ ਹੈਵ ਐਕਸਪੀਰੀਅੰਸ? ਬਹੁਤ ਵਧੀਆ, ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਵਧੀਆ, ਮੈਨੂੰ ਵੀ ਬਹੁਤ ਵਧੀਆ। ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੀ ਉਹ ਵਧੀਆ ਲੱਗਦੀਆਂ, ਕਿਉਂਕਿ ਇੱਕ ਪਾਸੇ ਗੁਰੂ ਘਰ ਦੀ ਸੋਹਣੀ ਤੇ ਪਿਆਰੀ ਬਿਲਡਿੰਗ ਦਿਸ ਰਹੀ ਹੈ, ਉਸ ਦੇ ਕੋਲ ਹੀ ਜਿਹੜਾ ਹੈ ਤੁਸੀਂ ਇਹ ਚੀਜ਼ਾਂ ਸਾਰੀਆਂ ਨੂੰ ਐਕਸਪੀਰੀਅੰਸ ਕਰ ਰਹੇ ਹੋ। ਤੇ ਸਭ ਤੋਂ ਕੈਂਪ ਦੇ ਵਿੱਚ ਸਾਡੇ ਸੀਮਾ ਭੈਣ ਜੀ, ਫਿਊ ਵਰਡਸ ਅਬਾਊਟ ਇਟ, ਓਨਲੀ ਥੈਂਕਸ ਹੀ ਕਹਿ ਦੋ, ਥੈਂਕਸ ਕਹਿ ਦੋ। ਅੱਛਾ ਚਲੋ ਕੋਈ ਨਹੀਂ, ਅਸੀਂ ਜਿੰਨੇ ਵੀ ਇਸ ਕੈਂਪ ਦੇ ਵਿੱਚ ਹੋਰ ਨੇ ਉਹ ਦੇਖ ਰਹੇ ਹਾਂ ਕਿ ਸਾਰੇ ਹੀ ਸੰਗਤ ਸਾਰੇ ਮਿਲ ਕੇ ਇੱਕ ਖਾਸ ਸੇਵਾ ਨਿਭਾ ਰਹੇ ਨੇ। ਇਹੀ ਚਾਹੁੰਦੇ ਹੈ ਕਿ ਇਹ ਕੈਂਪ ਦੇ ਵਿੱਚ ਅਸੀਂ ਵਧੀਆ ਤੋਂ ਵਧੀਆ ਬੱਚਿਆਂ ਦੀ ਸੇਵਾ ਕਰ ਸਕੀਏ, ਕਿਉਂਕਿ ਬੱਚੇ ਜਿੱਥੇ ਚੰਗੀਆਂ ਚੀਜ਼ਾਂ ਸਿੱਖਣ ਨਾਲ ਦੀ ਨਾਲ ਇੰਜੋਏ ਵੀ ਕਰਨ, ਕਿਉਂਕਿ ਲਾਈਫ ਦੇ ਵਿੱਚ ਬਚਪਨ ਇਹੋ ਜਿਹਾ ਹੁੰਦਾ ਕਿ ਬਚਪਨ ਦੇ ਵਿੱਚ ਇੰਜੋਏ ਕਰਨਾ ਇਹ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਬਚਪਨ ਵਾਰ ਵਾਰ ਨਹੀਂ ਆਉਂਦਾ। ਫਿਰ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਤਾਂ ਬਥੇਰੀਆਂ ਹੁੰਦੀਆਂ, ਪਰ ਗੁਰੂ ਘਰ ਦੇ ਵਿੱਚੋਂ ਆ ਕੇ ਜਦੋਂ ਇੰਜੋਏ ਮਿਲਦਾ ਤੇ ਉਸਦਾ ਇੱਕ ਐਕਸਪੀਰੀਅੰਸ ਵੱਖਰਾ ਹੀ ਹੁੰਦਾ। ਗੁਰੂ ਜੀ ਦੀਆਂ ਬਲੈਸਿੰਗਸ ਵੀ ਸਾਡੇ ਨਾਲ ਹੁੰਦੀਆਂ ਨੇ ਤੇ ਉਹਦੇ ਨਾਲ ਨਾਲ ਜਿਹੜਾ ਉਹ ਵਧੀਆ ਚੀਜ਼ਾਂ ਵੀ ਅਸੀਂ ਆ ਕੇ ਸਿੱਖਦੇ ਰਹਿੰਦੇ ਹਾਂ। ਇੱਥੇ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦੇ ਵਾਸਤੇ ਅਲੱਗ ਅਲੱਗ ਚੀਜ਼ਾਂ ਦਾ ਲੰਗਰ ਵੀ ਲੱਗਾ ਹੋਇਆ। ਉਸ ਲੰਗਰ ਦੇ ਵਿੱਚ ਸੇਵਾਵਾਂ ਨੇ ਜਿਹੜੀਆਂ ਉਹ ਸਾਰੀਆਂ ਨਿਭਾਈਆਂ ਜਾ ਰਹੀਆਂ ਨੇ। ਸਾਡੀਆਂ ਸਾਰੀਆਂ ਭੈਣਾਂ ਵੀਰ ਮਿਲ ਕੇ ਪੂਰੇ 15 ਦਿਨ ਇਹਨਾਂ ਨੇ ਬੜੀ ਤਨਦੇਹੀ ਦੇ ਨਾਲ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਇਸ ਕੈਂਪ ਦੇ ਵਿੱਚ ਹੈ ਜਿਹੜਾ ਉਹ ਸੇਵਾਵਾਂ ਕੀਤੀਆਂ, ਔਰ ਇਸੇ ਤਰ੍ਹਾਂ ਹੀ ਜਿਹੜਾ ਉਹ ਨਿਰੰਤਰ ਸੇਵਾਵਾਂ ਚੱਲ ਰਹੀਆਂ। ਜਿਸ ਤਰ੍ਹਾਂ ਅੱਜ ਵੀ ਗੁਰਮਤ ਕੁਇਜ਼ ਹੋਇਆ ਸੀ ਉਹਦੇ 'ਚ ਵੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਸੀ, ਇੱਥੇ ਵੀ ਬੱਚਿਆਂ ਦਾ ਇੰਜੋਏ ਐਜ਼ ਏ ਚੱਲ ਰਿਹਾ। ਤੇ ਸਾਰੀਆਂ ਚੀਜ਼ਾਂ 'ਚੋਂ ਸਾਨੂੰ ਇਹ ਮਿਲਦਾ ਕਿ ਬੜਾ ਵਧੀਆ ਜਿਹਾ ਮਾਹੌਲ ਹੈ। ਜਿੰਨੇ ਵੀ ਬੱਚੇ ਨੇ, ਕਰੀਬ 200 ਦੇ ਆਸ ਪਾਸ ਬੱਚਾ ਇਸ ਕੈਂਪ ਦੇ ਵਿੱਚ ਸ਼ਾਮਲ ਹੋਇਆ ਸੀਗਾ, ਤੇ ਉਹਨਾਂ ਬੱਚਿਆਂ ਦੇ ਇੱਥੇ ਜਿਸ ਤਰ੍ਹਾਂ ਅਸੀਂ ਇੱਧਰ ਵੀ ਦੇਖਦੇ ਹਾਂ ਇਸ ਪਾਸੇ ਵੱਲ ਵੀ ਬੱਚਿਆਂ ਦੀਆਂ ਸੇਵਾਵਾਂ ਜੋ ਨਿਭਾਈਆਂ ਗਈਆਂ ਨੇ ਉਹਦੇ ਤੁਹਾਨੂੰ ਖੇਡਦੇ ਹੋਏ ਬੱਚੇ ਨਜ਼ਰ ਆ ਜਾਂਦੇ ਆ, ਕਿਉਂਕਿ ਜੰਪਿੰਗ ਵਗੈਰਾ ਕਰਨੀ ਬਹੁਤ ਵਧੀਆ ਲੱਗਦਾ। ਇੱਕ ਅੱਛਾ ਸਾਰਿਆਂ ਦਾ ਸੋਹਣਾ ਤਜਰਬਾ, ਸੋਹਣਾ ਐਕਸਪੀਰੀਅੰਸ ਇਹਦੇ ਵਿੱਚ ਰਹਿੰਦਾ। ਫਿਰ ਇਦੋਂ ਅੱਗੇ ਇਸ ਪਾਸੇ ਵੱਲ
ਦੂਸਰੀ ਸਾਈਡ ਆ ਜਾਂਦੀ ਹੈ ਜੀ, ਜਿੱਥੇ ਤੁਸੀਂ ਇਹ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਬੱਚੇ ਆ ਜਿਹੜੇ ਉਹ ਸੇਵਾ ਨਿਭਾ ਖੇਡ ਰਹੇ ਨੇ ਸਾਰੇ ਹੀ। ਇੱਥੇ ਵੀ ਬੱਚਿਆਂ ਦੇ ਖੇਡਣ ਦੇ ਵਾਸਤੇ ਲੱਗਾ ਹੋਇਆ ਝੂਲਾ। ਇਹ ਅੱਗੇ ਇੱਕ ਹੋਰ ਜੰਪਿੰਗ ਵਾਲਾ ਹੈ ਜਿੱਥੇ ਜਾ ਕੇ ਬੱਚੇ ਚੜ੍ਹਦੇ ਹੈ, ਜੰਪ ਕਰਦੇ ਹੈ। ਇਹ ਸਾਰੀਆਂ ਚੀਜ਼ਾਂ ਇਸ ਕੈਂਪ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ। ਇਹ ਤੁਸੀਂ ਦੇਖ ਰਹੇ ਹੋ ਮੌਂਟਰੀਅਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਵਿੱਚ ਚੱਲ ਰਹੇ ਗੁਰਮਤ ਕੈਂਪ ਦੇ ਨਜ਼ਾਰੇ ਕਿ ਇਸ ਕੈਂਪ ਦੇ ਵਿੱਚ ਕਿਸ ਤਰ੍ਹਾਂ ਸਾਰੀ ਸੇਵਾ ਹੈ ਜਿਹੜੀ ਉਹ ਨਿਭਾਈ ਜਾ ਰਹੀ ਹੈ। ਸਾਰੀਆਂ ਚੀਜ਼ਾਂ ਇਸ ਕੈਂਪ ਦੇ ਵਿੱਚ ਹੋ ਰਹੀਆਂ ਨੇ ਕਿ ਬੜਾ ਚੰਗਾ ਲੱਗ ਰਿਹਾ ਕਿਉਂਕਿ ਅੱਜ ਆਪਣੇ ਪਨੀਰੀ ਨੂੰ ਸੰਭਾਲਣਾ, ਆਪਣੇ ਬੱਚਿਆਂ ਨੂੰ ਸੰਭਾਲਣਾ ਇਹ ਸਾਡੀ ਸਾਰਿਆਂ ਦੀ ਜਿਹੜੀ ਹੈ ਉਹ ਫਸਟ ਪ੍ਰਾਇਓਰਿਟੀ ਚਾਹੀਦੀ ਹੈ ਕਿਉਂਕਿ ਇਹਦੇ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ ਅਤੇ ਇਸ ਲਈ ਇਹ ਜ਼ਰੂਰੀ ਚੀਜ਼ਾਂ ਨੇ। ਸਤਿਸੰਗ ਜੀ, ਇਸ ਵੇਲੇ ਇਸ ਕੈਂਪ ਨੂੰ ਔਰਗੇਨਾਈਜ਼ ਕਰਨ ਵਾਲੇ ਬੀਬੀ ਜਸਬੀਰ ਕੌਰ ਜੀ ਸਾਡੇ ਨਾਲ ਹੈ। ਭੈਣ ਜੀ ਹੋਰਾਂ ਨੇ ਬੜੀ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਇਹ ਜਿਹੜਾ 2 ਵੀਕ ਦਾ ਕੈਂਪ ਹੈ ਉਹ ਸਾਰੇ ਦਾ ਸਾਰਾ ਸਾਡਾ ਜਿਹੜਾ ਉਹ ਕੰਪਲੀਟ ਹੋਇਆ ਅਤੇ ਸਭ ਤੋਂ ਪਹਿਲਾਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਇਨੀਸ਼ੀਏਟਿਵ ਹੈ ਕਿਸ ਤਰ੍ਹਾਂ ਲਿਆ ਗਿਆ ਇਸ ਕੈਂਪ ਦਾ ਔਰ ਕਿਵੇਂ ਇਹਦੇ ਵਿੱਚ ਐਕਸਪੀਰੀਅੰਸ ਰਹੇ, ਕਿਸ ਤਰ੍ਹਾਂ ਇਹ ਸਾਰੀਆਂ ਸੇਵਾਵਾਂ ਹੋਈਆਂ ਉਹ ਸਾਰਾ ਤੁਸੀਂ ਸੰਗਤ ਦੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ ਕਿਉਂਕਿ ਕੈਂਪ ਨੂੰ ਤੁਸੀਂ ਹੈੱਡ ਕਰਦੇ ਰਹੇ ਹੋ। ਹਾਂਜੀ, ਇਹ ਸਭ ਅਸੀਂ ਹਰ ਸਾਲ ਦਾ ਟਾਈਮ ਬਣਿਆ ਹੋਇਆ ਜੀ, ਹਰ ਸਾਲ ਅਸੀਂ ਕੈਂਪ ਲਗਾਉਣਾ ਹੀ ਹੈ। ਹਾਂ, ਤੇ 31ਵਾਂ ਕੈਂਪ ਹੈ, 31 ਸਾਲ ਹੋ ਗਏ ਨੇ ਕੈਂਪ ਲਗਾਉਂਦੇ ਨੂੰ ਤੇ ਇਹਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਬੱਚਿਆਂ ਨੂੰ, ਯੂਥ ਨੂੰ ਬਾਣੀ ਨਾਲ ਜੋੜਨ ਦੀ, ਯੂਥ ਵਿੱਚ ਆਪਸ ਵਿੱਚ ਸਾਡੇ ਸਿੱਖਾਂ ਦੇ ਕੁੜੀਆਂ ਮੁੰਡੇ ਕੁੜੀਆਂ ਖਾਸ ਕਰਕੇ ਬਹੁਤ ਐਪਰੀਸ਼ੀਏਟ ਕਰਦੀਆਂ ਕਿ ਉਹਨਾਂ ਨੂੰ ਅੱਛਾ ਵੀ ਲੱਗਦਾ ਕਿ ਅਸੀਂ ਆ ਕੇ ਸੇਵਾ ਕਰਦੇ ਹਾਂ ਤੇ ਮੁੰਡੇ ਵੀ ਸਾਰੇ ਨਾਲ ਜੁੜੇ ਹੋਏ ਨੇ, ਵਾਲੰਟੀਅਰਸ ਬਹੁਤ ਨੇ ਇਸ ਸਾਲ, ਮੁੰਡੇ ਇੱਥੇ ਵੱਡੇ ਹੋਏ ਨੇ ਇਸ ਕੈਂਪਾਂ ਵਿੱਚ ਹੀ ਅਸੀਂ ਪੜ੍ਹਾਇਆ ਹੈਗਾ, ਪੰਜਾਬੀ ਕਲਾਸਿਸ ਲਗਾਉਂਦੇ ਸੀਗੇ ਹੁਣ ਵੀ ਲੱਗਦੀਆਂ ਨੇ ਤੇ ਬੱਚੇ ਸਿੱਖ ਕੇ ਅੱਜ ਵਾਲੰਟੀਅਰਸ ਬਣੇ ਨੇ ਤੇ ਸਾਡੀਆਂ ਕੁੜੀਆਂ ਟੀਚਰਸ ਬਣੀਆਂ ਜੀ ਕੈਂਪ ਦੇ ਦੌਰਾਨ। ਹਾਂ ਬਿਲਕੁਲ ਜੀ, ਬਹੁਤ ਵਧੀਆ ਹੈ ਕਿਉਂਕਿ ਸਾਰੇ ਬੱਚਿਆਂ ਦਾ ਇਹਦੇ 'ਚ ਇੰਟਰਸਟ ਵੀ ਬਹੁਤ ਜ਼ਿਆਦਾ ਹੈ। ਹਾਂਜੀ, ਤੇ ਇਹ ਇੱਕ ਬਹੁਤ ਵੱਡਾ ਟੀਮ ਵਰਕ ਹੈ, ਤੁਹਾਡੇ ਨਾਲ ਬਹੁਤ ਸਾਰੀ ਟੀਮ ਹੋਏਗੀ ਤੇ ਮੈਂ ਚਾਹੁੰਦਾ ਕਿ ਉਹ ਸਾਰੀ ਟੀਮ ਨੂੰ ਵੀ ਐਪਰੀਸ਼ੀਏਟ ਕੀਤਾ ਜਾਵੇ ਕਿਉਂਕਿ ਤੁਸੀਂ ਇੱਕ ਬੈਠੋ ਤੁਹਾਡਾ ਫਰਜ਼ ਬੰਦਾ ਬੀਂਗੇ ਕਿ ਆਪਣੀ ਟੀਮ ਨੂੰ ਐਪਰੀਸ਼ੀਏਟ ਕਰਦਾ। ਹਾਂਜੀ, ਇਹ ਹਮੇਸ਼ਾ ਮੈਂ ਕਹਿੰਦੀ ਹੁੰਦੀ ਹਾਂ ਕੈਂਪ ਦੇ 3 ਹਿੱਸੇ ਹੁੰਦੇ ਨੇ। ਪਹਿਲਾ ਹਿੱਸਾ ਬੱਚਿਆਂ ਦੀ ਸਿਖਲਾਈ ਜੀ, ਦੂਜਾ ਬੱਚਿਆਂ ਦਾ ਬਾਹਰ ਜਾਣ ਦਾ ਤੇ ਤੀਜਾ ਬੱਚਿਆਂ ਦਾ ਖਾਣਾ ਜੀ, ਤੇ ਇਹਦੇ ਵਿੱਚ ਹਰ ਸਾਲ ਮੈਨੂੰ ਬਹੁਤ ਮਦਦ ਮਿਲਦੀ ਹੈ। ਇਸ ਸਾਲ ਤੇ ਅਸੀਂ ਸੈਪਰੇਟ ਟੀਮ ਬਣਾ ਲਿੱਤੀਆਂ ਹੋਈਆਂ, ਭੈਣਾਂ ਦੀ ਟੀਮ ਹੈਗੀ ਹੈ ਜੋ ਕਿ ਸਾਰੀ ਕੁਕਿੰਗ ਦਾ ਮੈਨਿਊ ਦਾ 2 ਹਫ਼ਤੇ ਦਾ ਮੈਨਿਊ ਬਣਾ ਕੇ ਤੇ ਵਧੀਆ ਤੋਂ ਵਧੀਆ ਬੱਚਿਆਂ ਦੇ ਲੈਵਲ ਤੇ ਖਾਣ ਦਾ, ਵੱਡਿਆਂ ਵਾਸਤੇ ਲੰਗਰ, ਸਾਰੀ ਤਿਆਰੀ ਅਸੀਂ ਕਰਦੇ ਹੈਗੇ ਹਾਂ ਤੇ ਭੈਣਾਂ ਇਹ ਸਭ ਔਰਗਨਾਈਜ਼ ਕਰਦੀਆਂ। ਮੇਰਾ ਸਭ ਤੋਂ ਵੱਡਾ ਕੰਮ ਹੈਗਾ ਕਿ ਬੱਚਿਆਂ ਦੀ ਸਿਖਲਾਈ, ਇਹਦੇ ਵਿੱਚ ਟੀਚਰ ਸਾਹਿਬਾਨ ਚਾਹੀਦੇ ਨੇ, ਇਕੱਲਿਆਂ ਤੋਂ ਨਹੀਂ ਹੁੰਦਾ। ਵੈਸੇ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਮਸਾਂ 13 ਬੱਚੇ ਸੀਗੇ ਜੀ, ਤੇ ਇਹ ਹੁਣ ਮੈਂ 93 ਦੀ ਗੱਲ ਕਰ ਰਹੀ ਹਾਂ ਤੇ ਉਸ ਤੋਂ ਆਹਿਸਤਾ ਆਹਿਸਤਾ ਇਹ ਕੰਮ ਵੱਧਦਾ ਗਿਆ, ਬੱਚੇ ਵੱਧਦੇ ਗਏ,
ਇਹਦੀ ਲੋੜ ਦੇਖੀ ਪੇਰੈਂਟਸ ਨੇ, ਸੰਗਤ ਨੇ, ਸਾਰਿਆਂ ਦਾ ਫਿਰ ਸੰਗਤ ਦਾ ਸਾਥ ਮਿਲਦਾ ਰਿਹਾ ਤੇ ਸੇਵਾਦਾਰ ਵੀ ਗੁਰੂ ਘਰ ਦੇ, ਪ੍ਰਬੰਧਕ ਵੀ ਗੁਰੂ ਘਰ ਦੇ, ਸਾਰੇ ਸਪੋਰਟ ਦਿੰਦੇ ਰਹੇ ਤੇ ਅਸੀਂ ਇੱਥੇ ਤਾਈਂ ਪਹੁੰਚੇ ਹਾਂ। ਬਹੁਤ ਵਧੀਆ ਜੀ। ਇਸ ਵਾਰ ਕਿੰਨੇ ਕੁ ਬੱਚੇ ਇਸ ਕੈਂਪ ਦੇ ਵਿੱਚ ਆਏ ਨੇ? ਇਸ ਕੈਂਪ ਵਿੱਚ ਆਏ ਨੇ 245 ਬੱਚੇ। ਅੱਛਾ ਜੀ, 245 ਬੱਚੇ ਆ, ਬਹੁਤ ਵੱਡੀ ਅਚੀਵਮੈਂਟ ਹੈ, ਬਹੁਤ ਵੱਡੀ। ਅਸੀਂ ਕਹਿ ਲਈਏ ਕਿ ਮੋਂਟਰੀਅਲ ਸ਼ਹਿਰ ਜੋ ਕਿ ਬੜਾ ਛੋਟਾ ਜਿਹਾ ਸ਼ਹਿਰ ਹੈ, ਉਹਦੇ ਵਿੱਚੋਂ 245 ਬੱਚਿਆਂ ਦਾ ਅਸੀਂ ਸ਼ੁਰੂ ਕੀਤਾ ਸੀ 30 ਬੱਚਿਆਂ ਨਾਲ। ਅੱਛਾ ਜੀ, 1993 ਵਿੱਚ। ਠੀਕ ਹੈ। ਆਹਿਸਤਾ ਆਹਿਸਤਾ 70 ਬੱਚੇ ਹੋ ਗਏ, 110 ਬੱਚਾ ਹੋ ਗਿਆ, ਆਹਿਸਤਾ ਆਹਿਸਤਾ ਵਧੇ ਗਏ ਬੱਚੇ, ਕਿਉਂਕਿ ਪੇਰੈਂਟਸ ਨੇ ਦੇਖਿਆ ਕਿ ਇਸ ਚੀਜ਼ ਦੀ ਲੋੜ ਹੈਗੀ ਹੈ। ਸੋ ਅੱਜ ਅਸੀਂ ਇੱਥੇ ਤਾਈਂ ਪਹੁੰਚੇ, ਬੜੀ ਖੁਸ਼ੀ ਦੀ ਗੱਲ ਹੈ, ਮਾਣ ਹੈ, ਗੁਰੂ ਜੀ ਦੀਆਂ ਬਖਸ਼ਿਸ਼ਾਂ ਵੀ ਵਰਤੀਆਂ ਨੇ, ਜਿੱਥੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਨਾਲ ਇੱਕ ਮਨੋਰਥ ਹੈ ਸਾਡਾ ਕਿ ਅਸੀਂ ਬੱਚਿਆਂ ਨੂੰ ਸੰਭਾਲੀਏ। ਬਿਲਕੁਲ ਜੀ, ਇਹ ਸਾਡਾ ਸਭ ਤੋਂ ਵੱਡਾ ਵਿਰਸਾ ਹੈ, ਉਹਨੂੰ ਸੰਭਾਲਣ 'ਚ ਤੁਸੀਂ ਲੱਗੇ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਉਹਦੇ ਬਾਰੇ ਸਾਨੂੰ ਜਾਣਕਾਰੀ ਵੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਅੱਗੇ ਵੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਅਸੀਂ ਜਿਸ ਤਰ੍ਹਾਂ ਇਸ ਕੈਂਪ ਦੇ ਵਿੱਚ ਦਿਖਾਲ ਰਹੇ ਹਾਂ ਕਿ ਦਿਨ ਰਾਤ ਮਿਹਨਤ ਕਰ ਰਹੇ ਆ ਸਾਰੇ ਹੀ ਵੀਰ ਤੇ ਭੈਣਾਂ, ਤੇ ਸਾਰੇ ਜਿਹੜੇ ਆ ਇਸ ਕੈਂਪ ਦੇ ਵਿੱਚ ਇੱਕ ਅੱਛਾ ਇਨਵਾਇਰਨਮੈਂਟ ਬਣਿਆ ਹੋਇਆ, ਸਾਰੇ ਕੁਝ ਸਿੱਖ ਰਹੇ ਨੇ, ਤੇ ਮੇਰੀ ਇੱਕ ਹੀ ਇੱਛਾ ਹੈ ਕਿ ਜਿੰਨੇ ਵੀ ਵੀਰ ਤੇ ਭੈਣਾਂ ਇਸ ਕੈਂਪ 'ਚ ਸੇਵਾ ਕਰ ਰਹੇ ਆ ਉਹਨਾਂ ਸਾਰਿਆਂ ਦੇ ਬਾਰੇ ਤੁਹਾਨੂੰ ਦਿਖਾਇਆ ਜਾਏ। ਇਸ ਕੈਂਪ ਨੂੰ ਆਰਗੇਨਾਈਜ਼ ਕਰਨ 'ਚ, ਇਸ ਕੈਂਪ ਦਾ ਕੰਟਰੋਲ ਕਰਨ 'ਚ, ਇਸ ਕੈਂਪ 'ਚ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਵਾਲੇ ਸਾਡੇ ਬੇਟੇ ਬਵਨੀਤ ਕੌਰ ਭੈਣ ਜੀ ਸਾਡੇ ਨਾਲ ਨੇ। ਤੇ ਬਵਨੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਹੀ ਕੈਂਪ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਜ ਤੁਸੀਂ ਜੋ ਇਹ ਗੇਮ ਵੀ ਖਿਡਵਾ ਰਹੇ ਹੋ ਇਹਨਾਂ ਨੂੰ, ਇੱਥੋਂ ਤੱਕ ਦਾ ਐਕਸਪੀਰੀਅੰਸ ਸ਼ੇਅਰ ਕਰੋ ਜੀ। ਹਾਂਜੀ, ਸੋ ਸਭ ਤੋਂ ਪਹਿਲਾਂ ਅਸੀਂ ਕਈ ਮਹੀਨੇ ਪਹਿਲਾਂ ਅਸੀਂ ਪਹਿਲਾਂ ਸਿਲੇਬਸ ਤਿਆਰ ਕਰਨਾ ਸ਼ੁਰੂ ਕੀਤਾ, ਫਾਈਲਾਂ ਬਣਾਈਆਂ ਟੀਚਰਾਂ ਦੇ ਨਾਲ, ਤੇ ਇਸ ਵਾਰ ਅਸੀਂ ਜਿਹੜਾ ਗੁਰਮਤਿ ਕੈਂਪ ਵੀ ਲਾਇਆ, ਅਸੀਂ ਸਾਰੇ ਰਜਿਸਟ੍ਰੇਸ਼ਨ ਆਨਲਾਈਨ ਫਾਰਮ ਭਰਵਾਏ, ਅਸੀਂ ਤੁਹਾਡਾ ਸਿਸਟਮ ਵੀ ਬਦਲਿਆ, ਤੇ ਫਿਰ ਅਸੀਂ ਚੀਜ਼ਾਂ ਕਰਦੇ ਅਸੀਂ ਬਹੁਤ ਕੁਝ ਸਿੱਖਿਆ ਵੀ ਆ, ਤੇ ਅੱਜ ਫਾਈਨਲੀ ਸਾਡਾ ਫੰਡ ਡੇ ਹੋ ਰਿਹਾ, ਤੇ ਬੱਚਿਆਂ ਦੇ ਮੂੰਹ ਤੇ ਜਿਹੀ ਸਮਾਈਲ ਦੇ ਕੇ ਸਾਨੂੰ ਵੀ ਮਨ ਦਾ ਸਕੂਨ ਮਿਲਦਾ। ਬਿਲਕੁਲ ਜੀ, ਖੁਸ਼ੀ ਹੋ ਰਹੀ ਹੈ ਕਿ ਬੱਚੇ ਜਿਹੜੇ ਉਹਦੇ ਚ ਹਾਂਜੀ ਹੋ ਰਹੇ ਨੇ ਸਾਰੇ। ਹਾਂਜੀ, ਤੇ ਇਸ ਕੈਂਪ ਦੇ ਵਿੱਚ ਹੋਰ ਵੀ ਜੋ ਚੀਜ਼ਾਂ ਸਿਖਾਈਆਂ ਗਈਆਂ ਹੈ, ਜਿਸ ਤਰ੍ਹਾਂ ਦਾ ਮਤਲਬ ਕਿ ਬੱਚਿਆਂ ਨੇ ਇੰਟਰਸਟ ਲਿਆ, ਕਿਸ ਤਰ੍ਹਾਂ ਦਾ ਇੰਟਰਸਟ ਰਿਹਾ ਬੱਚਿਆਂ ਦਾ? ਹਾਂਜੀ, ਇੱਕ ਤਾਂ ਜੇ ਵੀ ਸਾਡੇ ਬੁਲਾਰੇ ਸੀਗੇ ਜਿਵੇਂ ਕਿ ਤੁਸੀਂ ਗਿਆਨੀ ਗੁਰਵੇਲ ਸਿੰਘ ਜੀ, ਜੇ ਤੁਸੀਂ ਪ੍ਰੈਜੈਂਟੇਸ਼ਨ ਸਾਰੀਆਂ ਦਿੱਤੀਆਂ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਸੀਗੀ, ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਸਮਝ ਆਈ ਆ ਜੀ, ਜਿਵੇਂ ਕਿ ਤੁਸੀਂ ਪਾਵਰ ਪੁਆਇੰਟ ਰਾਹੀਂ ਪ੍ਰੈਜੈਂਟੇਸ਼ਨ ਕੀਤੀ, ਤੇ ਜਿਵੇਂ ਭੈਣ ਜੀ ਜਸਬੀਰ ਵੀ ਹਾਈ ਸਵੇ ਮਾਰਨਿੰਗ ਦੇ ਲੈਕਚਰ ਦੇ ਵਿੱਚ ਪਾਵਰ ਪੁਆਇੰਟ ਰਾਹੀਂ ਬੱਚਿਆਂ ਨੂੰ ਪ੍ਰੈਜੈਂਟੇਸ਼ਨ ਦਿੰਦੇ ਹੁੰਦੇ ਸੀ, ਤੇ ਮੈਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਬੱਚਿਆਂ ਦੇ ਬਹੁਤ ਪ੍ਰਭਾਵ ਪਿਆ, ਜਿਨ੍ਹਾਂ ਨੂੰ ਸਿੱਖੀ ਦਾ ਦੈਟ ਮੀਨਸ ਬੇਸਿਕ ਨਹੀਂ ਪਤਾ ਸੀ, ਹੁਣ ਜਿਵੇਂ ਜੇ ਤੁਸੀਂ ਦੇਖੋਗੇ ਜ਼ਿਆਦਾ ਬੱਚਿਆਂ ਨੂੰ ਪਤਾ ਲੱਗ ਰਿਹਾ। ਹਾਂ ਬਿਲਕੁਲ ਜੀ, ਥੈਂਕ ਯੂ, ਬਹੁਤ ਚੰਗਾ ਲੱਗਾ ਜੀ ਤੁਸੀਂ ਗੱਲ ਕੀਤੀ। ਇਹ ਸਨ ਬਵਨੀਤ ਕੌਰ, ਤੇ ਹੋਰ ਵੀ ਅਸੀਂ ਇਸ ਕੈਂਪ ਬਾਰੇ ਐਕਸਪੀਰੀਅੰਸ ਆ ਗੁਰਦੁਆਰਾ ਕੈਂਪ ਇਨ ਮਸਾਲ ਦ ਗੁਰੂ ਨਾਨਕ ਦਰਬਾਰ, ਇਟ ਵਾਸ ਵੈਰੀ ਫਨ, ਆਈ ਮੈਟ ਅ ਲੋਟ ਆਫ ਨਾਈਸ ਪੀਪਲ, ਆਈ ਰეკਮੈਂਡ ਇਟ ਫॉर ਸਮਵਨ ਦੈਟਸ ਟ੍ਰਾਈਂਗ ਟੂ ਬੀ ਪੰਜਾਬੀ ਐਂਡ ਟ੍ਰਾਈਂਗ ਟੂ ਬੀ ਸਿੱਖ ਐਸਪੈਸ਼ਲੀ, ਆਈ ਫਾਈਂਡ ਇਟਸ ਅ ਵੈਰੀ ਗ੍ਰੇਟ ਐਕਸਪੀਰੀਅੰਸ ਐਂਡ ਐਵਰੀਵਨ ਸ਼ੁਡ ਟ੍ਰਾਈ ਇਟ। ਥੈਂਕ ਯੂ।
ਤੇ ਇਹ ਦੇਖੋ ਬੱਚੇ ਵੀ ਇਸ ਕੈਂਪ ਦੇ ਵਿੱਚ ਆ ਕੇ ਕਿੰਨੇ ਖੁਸ਼ ਨੇ, ਕਿਸ ਤਰੀਕੇ ਦੇ ਨਾਲ ਉਹ ਬੱਚੇ ਆ ਜਿਹੜੇ ਉਹ ਸਾਰੇ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਫਨ ਇਸ ਕੈਂਪ 'ਚ ਕੀਤਾ ਤੇ ਉਹ ਹੋਰ ਵੀ ਚੀਜ਼ਾਂ ਅਸੀਂ ਸ਼ੇਅਰ ਕਰਾਂਗੇ। ਸਤਸੰਗ ਜੀ, ਇਸ ਵੇਲੇ ਮੇਰੇ ਨਾਲ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਕੈਨੇਡਾ ਦੇ ਪ੍ਰਧਾਨ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਤੇ ਅਸੀਂ ਵੀਰ ਸਰਜੀਤ ਸਿੰਘ ਜੀ ਦੇ ਨਾਲ ਕਰਨੀਆਂ ਨੇ ਵਿਚਾਰਾਂ ਤੇ ਉਹਨਾਂ ਤੋਂ ਜਾਣਨਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਉਹ ਇੰਨਾ ਵਧੀਆ ਉਪਰਾਲਾ ਕਰ ਰਹੇ ਹੈ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਦਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਟੀਮ ਦੇ ਨਾਲ ਮਿਲ ਕੇ ਉਪਰਾਲਾ ਕੀਤਾ ਹੈ, ਉਹ ਸਾਰੀਆਂ ਚੀਜ਼ਾਂ ਦੀ ਆਓ ਸਾਂਝ ਕਰਦੇ ਹਾਂ ਆਪਾਂ। ਭਾਊ ਜੀ ਸਰਦਾਰ ਸੁਰਜੀਤ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਾਲਿਆਂ ਦੇ ਨਾਲ ਜੋ ਕਿ ਮੌਂਟਰੀਅਲ ਤੋਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸੁਰਜੀਤ ਸਿੰਘ ਜੀ, ਇਹ ਜੋ ਉਪਰਾਲਾ ਤੁਸੀਂ ਕਰ ਰਹੇ ਹੋ ਬੱਚਿਆਂ ਦੇ ਭਵਿੱਖ ਨੂੰ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਨ ਲਈ, ਬੜਾ ਸੋਹਣਾ ਉਪਰਾਲਾ ਹੈ। ਦੇਖਿਆ ਹੈ ਕਿ ਕਿਵੇਂ ਬੱਚੇ ਗੁਰੂ ਇਤਿਹਾਸ ਗੁਰਬਾਣੀ ਤੋਂ ਵੀ ਜਾਣੂ ਹੋ ਰਹੇ ਆ, ਅੱਜ ਤੁਹਾਡੇ ਇਸ ਉਪਰਾਲੇ ਨਾਲ ਬੱਚੇ ਇੰਜੋਏ ਵੀ ਪੂਰਾ ਕਰ ਰਹੇ ਆ, ਅਤੇ ਇਹ ਕਿਸ ਤਰ੍ਹਾਂ ਕੈਂਪਾਂ ਦੀ ਸ਼ੁਰੂਆਤ ਹੋਈ, ਇਹਦੀ ਕਿਵੇਂ ਤੁਸੀਂ ਜ਼ਰੂਰਤ ਸਮਝੀ ਹੈ, ਅਤੇ ਇਸ ਲਈ ਕਿਹੋ ਜਿਹੇ ਉਪਰਾਲੇ ਆ ਜਿਹੜੇ ਬੜੇ ਵਧੀਆ ਉਪਰਾਲੇ ਤੁਸੀਂ ਕਰ ਰਹੇ ਹੋ ਉਹਨਾਂ ਦੀ ਜਾਣਕਾਰੀ ਸੰਗਤ ਨੂੰ ਦਿਓ ਜੀ। ਜ਼ਰੂਰ ਜੀ, ਪਹਿਲੀ ਗੱਲ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਆ ਕਿ ਅਸੀਂ ਕੁਛ ਨਹੀਂ ਜੀ ਕਰ ਰਹੇ, ਸੰਗਤ ਖੁਦ ਕਰ ਰਹੀ ਹੈ, ਅਤੇ ਸੰਗਤ ਹੀ ਜਾਣਦੀ ਹੈ ਕਿਉਂ ਜ਼ਰੂਰਤ ਪਈ। ਤੁਸੀਂ ਤੁਹਾਡਾ ਦੂਜਾ ਸਵਾਲ ਹੈ ਕਿ ਕਿਉਂ ਜ਼ਰੂਰਤ ਪਈ ਬੱਚਿਆਂ ਨੂੰ, ਅਤੇ ਵੇਖੋ ਜੇ ਅਸੀਂ ਬੱਚਿਆਂ ਨੂੰ ਪੰਜਾਬੀ ਜਾਂ ਗੁਰਮਤਿ ਦੇ ਨਾਲ ਨਹੀਂ ਜੋੜਦੇ ਤਾਂ ਬੱਚੇ ਗੁਰਬਾਣੀ ਪੜ੍ਹਨ ਦੀ ਬਹੁਤ ਦੂਰ ਦੀ ਗੱਲ ਹੋ ਜੂਗੀ। ਸੋ ਇਸ ਕਰਕੇ ਇਹਨਾਂ ਕੈਂਪਾਂ ਦੇ ਵਿੱਚ ਨਰੋਲ ਗੁਰਬਾਣੀ ਸੰਥਿਆ, ਗੁਰੂ ਦੀ ਬਾਣੀ ਦੀ ਸੰਥਿਆ ਕਰਾਉਂਦੇ ਹਾਂ, ਕੀਰਤਨ ਸਿਖਾਉਂਦੇ ਹਾਂ, ਗੁਰਬਾਣੀ ਪੜ੍ਹਨੀ ਸਿਖਾਉਂਦੇ ਹਾਂ ਬੱਚਿਆਂ ਨੂੰ, ਹੋਰ ਜੋ ਸਿੱਖੀ ਦੇ ਨਾਲ ਜੁੜੇ ਜਿੰਨੇ ਵੀ ਫੰਕਸ਼ਨਸ ਨੇ ਜੋ ਵੀ ਹੈਗਾ ਉਹ ਸਾਰਾ ਕੁਛ ਬੱਚਿਆਂ ਨੂੰ ਇੱਥੋਂ ਸਿਖਲਾਈ, ਮੁੱਢਲੀ ਸਿਖਲਾਈ ਹੈ ਐਕਚੁਅਲੀ ਇਹ। ਸੋ ਇੱਥੋਂ ਸ਼ੁਰੂਆਤ ਹੁੰਦੀ ਹੈ, ਗੁਰੂ ਘਰ ਇਸੇ ਵਾਸਤੇ ਹੁੰਦੇ ਕਿ ਆਪਣੀ ਆਪਣੀ ਕੌਮ ਨੂੰ ਇਸ ਪਾਸੇ ਵੱਲ ਨੂੰ ਲਾਇਆ ਜਾਵੇ, ਕਿਉਂਕਿ ਅੱਜ ਇਹ ਛੋਟੇ ਛੋਟੇ ਬੱਚੇ ਨੇ, ਕੱਲ੍ਹ ਨੂੰ ਇਹਨਾਂ ਨੇ ਵੱਡਿਆਂ ਹੋ ਕੇ ਇਸ ਮੁਕਾਮ ਤੱਕ ਪਹੁੰਚਣਾ ਹੈ ਕਿ ਬੱਚੇ ਹੋਰ ਨਾ ਆਉਣ ਵਾਲੇ ਛੋਟੇ ਬੱਚਿਆਂ ਨੂੰ ਇਸ ਪਾਸੇ ਵੱਲ ਲਾਉਣ ਵਾਲੇ ਬਣਨਗੇ ਜੇ ਉਹਨਾਂ ਨੂੰ ਖੁਦ ਨੂੰ ਇਸ ਤੋਂ ਜਾਣਕਾਰੀ ਹੋਵੇਗੀ ਤਾਂ। ਬਿਲਕੁਲ ਵੀਰ ਜੀ, ਇਹ ਗੱਲ ਤੁਸੀਂ ਦੱਸੀ ਹੈ ਅਤੇ ਨਾਲ ਹੀ ਅਸੀਂ ਇਹ ਦੇਖਦੇ ਹਾਂ ਛੋਟਾ ਜਿਹਾ ਸ਼ਹਿਰ ਆ ਮੌਂਟਰੀਅਲ, ਉਹ ਵੀ ਕੈਨੇਡਾ ਦੇ ਵਿੱਚ, ਇੱਥੇ 243 ਬੱਚੇ ਆ ਜਿਹੜੇ ਤੁਸੀਂ ਇਕੱਠੇ ਕਰ ਲਏ ਆ। ਇਹ ਜਿਹੜਾ ਉਪਰਾਲਾ ਹੈ ਕਿੰਨੇ ਚਿਰ ਤੋਂ ਚੱਲ ਰਿਹਾ ਹੈ, ਕਿਸ ਤਰ੍ਹਾਂ ਇਹ ਜਿਹੜਾ ਅਸੀਂ ਕਹੀਏ ਕਿਤੇ ਛੋਟਾ ਜਿਹਾ ਸੋਮਾ ਤੁਸੀਂ ਸ਼ੁਰੂ ਕੀਤਾ ਹੋਏਗਾ, ਅੱਜ ਜੋ ਬਹੁਤ ਵੱਡਾ ਅਸੀਂ ਕਹੀਏ ਦਰਿਆ ਬਣ ਚੁੱਕਾ ਹੈ ਗੁਰਮਤਿ ਵਿੱਦਿਆ ਦਾ। ਜੀ ਜੀ, ਇਹ ਜਿਹੜਾ ਸੋਮਾ ਹੈ ਜੀ ਇੱਥੋਂ ਸ਼ੁਰੂ ਨਹੀਂ ਹੋਇਆ, ਲਸਾਲ ਵਾਲੇ ਗੁਰਦੁਆਰਾ ਸਾਹਿਬ ਤੋਂ, ਲਛੀਨ ਤੋਂ ਚੱਲਿਆ ਆਉਂਦਾ। ਲਛੀਨ ਛੋਟਾ ਜਿਹਾ ਗੁਰਦੁਆਰਾ ਸੀ, ਬਾਕੀ ਰਹੀ ਗੱਲ ਤੁਹਾਡਾ ਕਹਿਣ ਤੋਂ ਭਾਵ ਕਿ ਛੋਟਾ ਜਿਹਾ ਸ਼ਹਿਰ, ਸ਼ਹਿਰ ਬਹੁਤ ਵੱਡਾ ਹੈ ਜੀ ਮੌਂਟਰੀਅਲ, ਲੇਕਿਨ ਆਪਣੀ ਕਮਿਊਨਿਟੀ ਥੋੜੀ ਜਿਹੀ ਘੱਟ ਆ ਇੱਥੇ, ਪਰ ਹੁਣ ਹੁਣ ਕਮਿਊਨਿਟੀ ਵੀ ਬਹੁਤ ਹੋ ਗਈ ਜੀ। ਹੁਣ ਇਸ ਕਰਕੇ ਤੇ ਇਸ ਵਾਰੀ 250 ਬੱਚਾ ਹੋ ਗਿਆ, 250 ਤਕਰੀਬਨ ਬੱਚੇ ਹੋ ਗਏ ਨੇ, ਤੋ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੀ ਉਮੀਦ ਹੈ ਬੱਚੇ ਹੋਰ ਵੀ ਵਧਣਗੇ, ਫੈਮਿਲੀਆਂ ਦਿਨ ਬ ਦਿਨ ਇੱਥੇ ਆ ਰਹੀਆਂ ਨੇ। ਔਰ ਇੱਥੇ ਮੈਂ ਇੱਕ ਗੱਲ ਹੋਰ ਦੱਸਦਾ ਵੀ ਸਾਰੇ ਕੈਨੇਡਾ ਨਾਲੋਂ ਰਹਿਣਾ ਸੇਫ ਵੀ ਆ ਤੇ ਸਸਤਾ ਵੀ ਆ। ਬਿਲਕੁਲ ਜੀ, ਤੁਸੀਂ ਦੇਖ ਵੀ ਲਿਆ ਹੋਣਾ ਹੈਗਾ ਜ਼ਰੂਰ, ਕਿਉਂਕਿ ਇੱਥੋਂ ਦੀ ਜਿਹੜੀ ਪੁਲਿਸ ਸਿਕਿਉਰਿਟੀ ਹੈ ਜਾਂ ਸਿਕਿਉਰਿਟੀ ਦਾ ਸਿਸਟਮ ਹੈ ਬੈਟਰ ਗਿਣਿਆ ਜਾਂਦਾ ਕੈਨੇਡਾ ਦੀ ਹੋਰਨਾਂ ਸ਼ਹਿਰਾਂ ਦੇ ਨਾਲੋਂ। ਠੀਕ ਹੈ ਜੀ, ਕਿਉਂਕਿ ਬਹੁਤ ਸਖਤ ਨੇ ਇਹ, ਤੇ ਸਾਨੂੰ ਇਸ ਚੀਜ਼ ਦਾ ਮੈਂ ਸਮਝਦਾ ਵੀ ਬੈਨੀਫਿਟ ਵੀ ਆ। ਹਾਂਜੀ, ਕਿਉਂਕਿ ਜਿੰਨੀ ਸਖਤ ਪੁਲਿਸ ਹੋਏਗੀ ਓਨਾ ਕ੍ਰਾਈਮ ਘੱਟ ਹੋਏਗਾ।
ਬਿਲਕੁਲ ਇਸ ਕਰਕੇ ਇੱਥੇ ਰਹਿਣ ਵਾਲੇ ਬੜੇ ਸੇਫ ਨੇ ਔਰ ਅਸੀਂ ਆਪਣੇ ਆਪ ਨੂੰ ਬੜੇ ਮਹਿਫੂਜ਼ ਸਮਝਦੇ ਹਾਂ ਕਿ ਗੁਰੂ ਮਹਾਰਾਜ ਦੀ ਕਿਰਪਾ ਹੈ ਗੁਰਦੁਆਰਾ ਆਲੀਸ਼ਾਨ ਬਿਲਡਿੰਗ ਤੁਹਾਡੇ ਸਾਹਮਣੇ ਬਣੀ ਹੋਈ ਆ ਪਿੱਛੇ ਇਹ ਸੰਗਤ ਦੀ ਦੇਣ ਹੈ ਤੇ ਸੰਗਤ ਨੇ ਜੇ ਉਹ ਇਹ ਚੀਜ਼ ਬਣਾਈ ਉਪਰਾਲਾ ਕਰਕੇ ਤੇ ਇੱਥੋਂ ਗੁਰਮਤ ਅਨੁਸਾਰ ਗੁਰਸਿੱਖੀ ਨਿਕਲ ਉੱਭਰ ਕੇ ਸਾਹਮਣੇ ਆਉਣੀ ਚਾਹੀਦੀ ਹੈ ਸੋ ਇਹ ਸਾਡੇ ਉਪਰਾਲੇ ਸੰਗਤਾਂ ਦੇ ਨਾਲ ਨੇ ਸੰਗਤਾਂ ਵੱਧ ਚੜ ਕੇ ਸੇਵਾ ਕਰਦੀਆਂ ਸਾਡਾ ਘੱਟ ਉਪਰਾਲਾ ਹੁੰਦਾ ਲੇਕਿਨ ਸੰਗਤਾਂ ਜਾਂਦੀਆਂ ਬਿਲਕੁਲ ਬਿਲਕੁਲ ਜੀ ਦੂਸਰਾ ਮੇਰਾ ਹੁਣ ਆਖਰੀ ਸਵਾਲ ਇਹੀ ਹੈ ਜਿਵੇਂ ਇਹ ਬੱਚੇ ਹੁਣ ਜੁੜੇ ਹੈ ਤੇ ਉਸ ਤੋਂ ਬਾਅਦ ਕੀ ਇਹਨਾਂ ਦਾ ਅਗਲੇ ਸਾਲ ਤਾਂ ਇੱਕ ਸਾਲ ਦਾ ਗੈਪ ਪੈ ਜਾਏਗਾ ਜਾਂ ਇਹ ਬੱਚੇ ਆ ਜਿਹੜੇ ਅਲੱਗ ਅਲੱਗ ਕਲਾਸਾਂ 'ਚ ਗੁਰੂ ਘਰ ਦੇ ਨਾਲ ਜੁੜੇ ਹੀ ਰਹਿਣਗੇ ਆਉਂਦੇ ਹੀ ਰਹਿਣਗੇ ਇਹਨਾਂ ਲਈ ਹੋਰ ਚਾਹੇ ਉਹ ਵੀਕਲੀ ਹੋਵੇ ਜਾਂ ਮੰਥਲੀ ਹੋਵੇ ਉਪਰਾਲੇ ਇਸੇ ਤਰ੍ਹਾਂ ਦੇ ਤੁਸੀਂ ਕਰਦੇ ਰਹਿੰਦੇ ਹੋ ਜੀ 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 ਨਹੀਂ ਜੀ ਨਹੀਂ ਇਸ ਤਰ੍ਹਾਂ ਨਹੀਂ ਆ ਕਿ ਇਹਨਾਂ ਦਾ ਗੈਪ ਪੈ ਜਾਵੇ ਇੱਕ ਸਾਲ ਦਾ ਜਾਂ 6 ਮਹੀਨੇ ਦਾ ਇਹਨਾਂ ਦਾ ਕੋਈ ਗੱਲ ਨਹੀਂ ਜੀ ਕੰਟੀਨਿਊਜ਼ ਕਲਾਸਾਂ ਚੱਲਦੀਆਂ ਨੇ ਵੀਕਐਂਡ ਉੱਤੇ ਸ਼ੁੱਕਰ ਸ਼ਨਿਚਰ ਤੇ ਐਤਵਾਰ ਜੀ ਪਰ ਬੱਚਿਆਂ ਨੂੰ ਲਿਆਉਣਾ ਬਣਦਾ ਹੈ ਪੇਰੈਂਟਸ ਦੀ ਇਹ ਡਿਊਟੀ ਆ ਬਾਕੀ ਜਿਹੜੀ ਸਾਡੀ ਡਿਊਟੀ ਬਣਦੀ ਆ ਉਹ ਅਸੀਂ ਇੱਥੇ ਆ ਵੀ ਇਹਨਾਂ ਨੂੰ ਟੀਚਰ ਅਵੇਲੇਬਲ ਕਰਨੇ ਜੀ ਸੋ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਟੀਚਰਾਂ ਦਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਇੱਧਰ ਬੱਚਿਆਂ ਨੂੰ ਸਿਖਾਉਣ ਵੱਲ ਧਿਆਨ ਵੀ ਹੋਵੇ ਤੇ ਇੱਕ ਕੈਂਪ ਜਿਹੜਾ ਅਸੀਂ ਕੁਛ ਦਿਨਾਂ ਦਾ ਦਸੰਬਰ ਮਹੀਨੇ ਵਿੱਚ ਵੀ ਲਗਾਉਂਦੇ ਹਾਂ ਜੀ ਤਕਰੀਬਨ 6 ਮਹੀਨੇ ਸਾਲ ਵਿੱਚ 2 ਲੱਗ ਜਾਂਦੇ ਨੇ ਜੀ ਸੋ ਉਸ ਤੋਂ ਉਪਰੰਤ ਹੋਰ ਵੀ ਕਈ ਫੰਕਸ਼ਨ ਹੋ ਜਾਂਦੇ ਨੇ ਸਿੱਖੀ ਦੇ ਨਾਲ ਸੰਬੰਧਿਤ ਜਿਹਨਾਂ ਦਾ ਬੱਚਿਆਂ ਦਾ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਗੱਤਕਾ ਸਿਖਾਉਂਦੇ ਹੀ ਰਹਿੰਦੇ ਆ ਸਿੱਖਦੇ ਹੀ ਰਹਿੰਦੇ ਆ ਬੱਚੇ ਨਵੇਂ ਜੁੜਦੇ ਰਹਿੰਦੇ ਆ ਪੁਰਾਣੇ ਜਿਹੜੇ ਵੱਡੇ ਹੋ ਗਏ ਨੇ ਉਹ ਵੀ ਟੀਚਰ ਬਣ ਗਏ ਬਿਲਕੁਲ ਸੋ ਇਸ ਗੁਰਮਤ ਕੈਂਪ ਦੇ ਵਿੱਚ ਵੀ ਇਹੋ ਹੀ ਹੋਇਆ ਕਿ ਜਿਹੜੇ ਛੋਟੇ ਜਿਨ੍ਹਾਂ ਨੇ ਇੱਥੋਂ ਸਿੱਖਿਆ ਸੀ ਅੱਜ ਉਹ ਟੀਚ ਕਰ ਰਹੇ ਛੋਟੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਇਹ ਖੁਸ਼ੀ ਵਾਲੀ ਗੱਲ ਹੈ ਬਿਲਕੁਲ ਜੀ ਤੁਹਾਡੇ ਆ ਜਿਹੜੇ ਵਿਚਾਰ ਨੇ ਉਹ ਸਿਰਫ ਮੌਂਟਰੀਅਲ ਤੱਕ ਹੀ ਸੀਮਤ ਨਹੀਂ ਰਹਿਣੇ ਇਹ ਵਿਚਾਰ ਤੁਹਾਡੇ ਆ ਜਿਹੜੇ ਇੰਡੀਆ ਵੀ ਸੁਣੇ ਜਾਣੇ ਆ ਤੇ ਅਮਰੀਕਾ ਵੀ ਤੁਸੀਂ ਹੋਰ ਜਗ੍ਹਾ ਤੇ ਜਿਹੜੇ ਵੀ ਇਹ ਵਿਚਾਰ ਸੁਣਨ ਵਾਲੇ ਆ ਇੱਥੋਂ ਦੀ ਸੰਗਤ ਹੈ ਕੈਨੇਡਾ ਦੀ ਸੰਗਤ ਹੈ ਇੰਡੀਆ ਦੀ ਸੰਗਤ ਹੈ ਜਾਂ ਹੋਰ ਹੈ ਕੀ ਉਹਨਾਂ ਨੂੰ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋਵੇ ਸਿੱਖੀ ਦਾ ਪ੍ਰਸਾਰ ਹੋਵੇ ਸਿੱਖੀ ਦੇ ਨਾਲ ਸੰਬੰਧਿਤ ਜਿੰਨੇ ਵੀ ਜੁੜੇ ਕੋਈ ਵੀ ਪ੍ਰੋਗਰਾਮਸ ਨੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ ਉਹਦੇ ਵਿੱਚ ਬੱਚਿਆਂ ਦਾ ਹੀ ਸਭ ਕੁਝ ਆਉਣ ਵਾਲਾ ਭਵਿੱਖ ਬੱਚੇ ਹੀ ਆ ਸਾਡੇ ਤੇ ਬੱਚਿਆਂ ਨੂੰ ਪਿੱਛੇ ਰੱਖ ਕੇ ਨਹੀਂ ਬੱਚਿਆਂ ਨੂੰ ਅੱਗੇ ਰੱਖ ਕੇ ਚੱਲਣਾ ਚਾਹੀਦਾ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਲਾਈ ਦੇਣੀ ਚਾਹੀਦੀ ਆ ਬੱਚੇ ਜੋ ਚਾਹੁੰਦੇ ਨੇ ਸਿੱਖਣਾ ਉਹਨਾਂ ਨੂੰ ਇਸ ਏਬਲ ਬਣਾ ਦੇਣਾ ਚਾਹੀਦਾ ਵਾ ਕਿ ਹਾਂ ਇਹ ਕੱਲ੍ਹ ਨੂੰ ਇਹ ਲਾਮਾ ਨਾ ਇਹਨਾਂ ਦੇ ਮਨ ਵਿੱਚ ਰਹਿ ਜਾਏ ਕਿ ਸਾਨੂੰ ਕਿਸੇ ਨੇ ਟੀਚ ਨਹੀਂ ਕੀਤਾ ਸਾਨੂੰ ਕਿਸੇ ਨੇ ਵਧੀਆ ਸਿਖਾਇਆ ਨਹੀਂ ਸਾਡੀ ਕੋਸ਼ਿਸ਼ ਹਮੇਸ਼ਾ ਇਹੋ ਰਹੀ ਆ ਕਿ ਬੱਚਿਆਂ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਕੁਝ ਨਾ ਕੁਝ ਇਹ ਹਾਸਲ ਕਰ ਲੈਣ ਗੁਰੂ ਘਰ ਦੇ ਵੱਲੋਂ ਤੇ ਇਹ ਸਾਡੀ ਇੱਕ ਨਿਮਾਣੀ ਜੀ ਸੇਵਾ ਵੀ ਸਫਲ ਹੋ ਜਾਏਗੀ ਇਸ ਦੇ ਨਾਲ ਹੀ ਅਸੀਂ ਤੇ ਇਹੀ ਸੋਚਿਆ ਹੋਇਆ ਬਹੁਤ ਵਧੀਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਤੁਹਾਡੇ ਇਸ ਉਪਰਾਲੇ ਨੂੰ ਅਸੀਂ ਫਿਰ ਤੋਂ ਐਪਰੀਸ਼ੀਏਟ ਕਰਦੇ ਹਾਂ ਬਹੁਤ ਬਹੁਤ ਵਧਾਈ ਤੁਹਾਡਾ ਵੀ ਧੰਨਵਾਦ ਜੀ ਇੱਕ ਗੱਲ ਹੋਰ ਕਹਿ ਦਿਆਂ ਜੀ ਵੇਖੋ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੈਠੇ ਨੇ ਹਰ ਗੁਰੂ ਘਰ ਵਿੱਚ ਇਹ ਉਪਰਾਲੇ ਹੁੰਦੇ ਨੇ ਇਹ ਨਹੀਂ ਵੀ ਐਸੇ ਹੋ ਰਿਹਾ ਤੇ ਉੱਥੇ ਉਹ ਕਿਸੇ ਹੋਰ ਨਾਰਥ ਅਮਰੀਕਾ ਦੇ ਵਿੱਚ ਜਿੱਥੇ ਜਿੱਥੇ ਵੀ ਅਮਰੀਕਾ ਕੈਨੇਡਾ ਨਾਰਥ ਅਮਰੀਕਾ ਹੀ ਹੈ ਸੋ ਇਹ ਸਾਰੇ ਥਾਵਾਂ ਦੇ ਉੱਤੇ ਉਪਰਾਲੇ ਗੁਰਸਿੱਖ ਪਿਆਰੇ ਕਰਦੇ ਨੇ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਕਿ ਸਾਡੀ ਇਹ ਆਉਣ ਵਾਲੀ ਭਵਿੱਖ ਹੈ ਸਾਡਾ ਭਵਿੱਖਤ ਹੈ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਹੋਣੀ ਚਾਹੀਦੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਬਿਲਕੁਲ ਸਿੱਖੀ ਤੋਂ ਬਾਖੂਬੀ ਜਾਣੂ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ ਬੋਲਦੇ ਹਾਂ ਪੁਲਚਕ ਦੀ ਖਿਮਾ ਬੁਲਾਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਇਹ ਸਨ ਮੇਰੇ ਨਾਲ ਵੀਰ ਸਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਕੈਨੇਡਾ ਜਿਹੜੇ ਕਿ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਆਪ ਜੀ ਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਅਤੇ ਅੱਗੇ ਤੋਂ ਹੋਰ ਇਸੇ ਤਰ੍ਹਾਂ ਦੇ ਜੋ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਉਪਰਾਲੇ ਆ ਇੱਥੇ ਸੰਗਤਾਂ ਕਰ ਰਹੀਆਂ
ਉਹ ਮੈਂ ਆਪ ਜੀ ਦੇ ਰੂਬਰੂ ਕਰਦਾ ਰਹਾਂਗਾ। ਹੁਣ ਦਿਓ ਇਜਾਜ਼ਤ ਆਪਣੇ ਸੇਵਕ ਗੁਰਵੇਲ ਸਿੰਘ ਨੂੰ, ਬੁਲਾਓ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।